ਫਿਰੋਜ਼ਪੁਰ ਏਰੀਆ ਦੇ ਵਿੱਚ ਤੁਸੀਂ ਦਾਵਾ ਕਰ ਰਹੇ ਹੋ ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੇ ਮੰਤਰੀ ਜਾਂ ਐਮਐਲਏ ਉਹ ਸਾਡੇ ਨਾਲ ਨਹੀਂ ਖੜੇ, ਲੋਕਾਂ 'ਚ ਇਹ ਰੋਸ ਹੈ। ਬੀਜੇਪੀ ਦੇ ਗੋਦੀ 'ਚ ਬਹਿ ਗਏ ਅਤੇ ਉਹਨਾਂ ਦਾ ਹੀ ਪੜ੍ਹਾਇਆ, ਪਾਠ ਪੜ੍ਹਨ ਲੱਗ ਗਏ ਅਤੇ ਸਾਨੂੰ ਸਮਝਾਉਣ ਲੱਗ ਗਏ ਕਿ ਪੋਲਿਸੀਜ਼ ਆਰ ਨੋਟ ਲਾਈਕ ਦੀ। ਹਰਿਆਣੇ ਵਾਲੇ ਪਾਸੇ ਬਾਰਡਰ ਬਣਾ ਰਹੇ ਹੋ ਅਤੇ ਪਾਕਿਸਤਾਨ ਵਾਲੇ ਪਾਸੇ ਵੀ ਇੱਦਾਂ ਦਾ ਹੀ ਬਾਰਡਰ ਬਣਿਆ ਹੋਇਆ, ਨਾਲ ਰੱਖਣਾ ਕਿ ਸਾਨੂੰ ਤੁਸੀਂ ਅੱਡ ਸਮਝਦੇ ਹੋ, ਸਾਨੂੰ ਤਾਂ ਹਰਿਆਣਾ ਵੀ ਹੋ ਜਾਵੇ, ਸਾਨੂੰ ਤਾਂ ਪਾਕਿਸਤਾਨ ਵੀ ਹੋ ਜਾਵੇ। ਕਿ ਆਮ ਆਦਮੀ ਪਾਰਟੀ ਉੱਥੇ ਦਿਖ ਨਹੀਂ ਰਹੀ ਮੋਰਚੇ 'ਚ? ਅਤੇ ਜਿਵੇਂ ਪਿਛਲੀ ਵਾਰੀ ਖਾਲਿਸਤਾਨੀ ਨੇ ਧੱਬਾ ਲੱਗਿਆ ਸੀਗਾ ਅਤੇ ਬੀਜੇਪੀ ਦਾ ਮੌਕਾ ਭਾਲਦੀ ਕਿ ਅਸੀਂ ਕਹੀਏ ਕਿ ਇਹ ਹੋਰ ਕੋਈ ਨਹੀਂ ਗੇ, ਲੋਕ ਨਹੀਂ ਗੇ, ਇਹ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਨੇ। ਲੋਕ ਕਹਿੰਦੇ ਆ ਕਿ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਕਿਸਾਨਾਂ ਦੇ ਨਾਲ ਹਾਂ, ਦੂਜੇ ਪਾਸੇ ਪੰਜਾਬ ਪੁਲਿਸ ਹੀ ਕਿਉਂ ਰੋਕ ਰਹੀ ਹੈ? ਆਮ ਆਦਮੀ ਪਾਰਟੀ ਨੇ ਕਈ ਥਾਵਾਂ 'ਤੇ ਕਿਹਾ ਸੀ, ਕਈ ਵੀਡੀਓਜ਼ ਅੱਜ ਵਾਇਰਲ ਹੋ ਰਹੇ ਆ ਜਿੱਥੇ ਕਿਹਾ ਜਾਂਦਾ ਕਿ 22 ਦੀਆਂ 22 ਫਸਲਾਂ 'ਤੇ ਅਸੀਂ MSP ਦੇਵਾਂਗੇ, ਅਸੀਂ ਇਹ MSP ਦੇਵਾਂਗੇ। ਜੋ ਅੱਜ ਦੇ ਲੋਕਾਂ ਦਾ ਵਿਸ਼ਵਾਸ ਆ ਕਿ ਜੋ ਗਰੰਟੀਆਂ ਦੇ ਕੇ ਪੰਜਾਬ ਸਰਕਾਰ ਬਣੀ ਆ ਉਹਨਾਂ ਨੂੰ ਉਹ ਪੂਰਾ ਕਰੇਗੀ। ਲੋਕਾਂ ਦੇ ਪਰ ਨਜਾਇਜ਼ ਪਰਚੇ ਹੁੰਦੇ ਸੀਗੇ, ਕਿੱਧਰ ਗਏ ਉਹ ਨਜਾਇਜ਼ ਪਰਚੇ? ਮੈਂ ਭਾਨਾ ਸਿੱਧੂ ਕੇਸ ਦੀ ਗੱਲ ਕਰਦਾ, ਭਾਨਾ ਸਿੱਧੂ 'ਤੇ ਜਿਹੜਾ ਪਰਚਾ ਹੋਇਆ ਜਾਂ ਉਸ ਤੋਂ ਪਹਿਲਾਂ ਪਰਮਿੰਦਰ ਸਿੰਘ ਝੋਟਾ ਜੋ ਨਸ਼ੇ ਦੇ ਖਿਲਾਫ ਕੈਂਪੇਨ ਚਲਾਉਂਦਾ ਉਹਦੇ ਖਿਲਾਫ ਵੀ ਪਰਚਾ ਹੋਇਆ, ਇਹਨਾਂ 'ਤੇ ਜਿਹੜੇ ਤਰੀਕੇ ਦੀ ਕਾਰਵਾਈ ਹੋਈ, ਪੰਜਾਬ ਪੁਲਿਸ ਦਾ ਜਿਹੜਾ ਰਵੱਈਆ ਉੱਥੇ ਸਾਹਮਣੇ ਆਇਆ, ਜਿਹੜੇ ਆਰੋਪ ਲੱਗੇ ਉਹ ਬੜੇ ਗੰਭੀਰ ਹੈ। ਕਿਉਂਕਿ ਭਗਵੰਤ ਮਾਨ, ਭਾਨਾ ਸਿੱਧੂ, ਲੱਖਾ ਸਧਾਣਾ ਇਹ ਇੱਕੋ ਸਟੇਜ ਸ਼ੇਅਰ ਕਰਦੇ ਵੀ ਦੇਖੇ ਗਏ ਆ ਕਿਸੇ ਟਾਈਮ 'ਤੇ। ਗੱਲ ਕਹਿੰਦੀ ਮੈਨੂੰ ਮੂੰਹ ਕੱਢ ਅਤੇ ਮੈਂ ਤੈਨੂੰ ਪਿੰਡੋਂ ਕੱਢੂੰਗੀ, ਤਾਂ ਉਹ ਵੀ ਸਰਕਾਰ ਲਈ ਅਨਜਸਟੀਫਾਈਡ ਆ ਕਿ ਤੁਸੀਂ ਜੀ ਫਲਾਨਾ ਬੰਦਾ ਸਾਡੇ ਕੋਲ ਸ਼ਿਕਾਇਤ ਲੈ ਕੇ ਆਇਆ, ਤੁਸੀਂ ਉਹਦੀ ਨਹੀਂ ਸੁਣੀ, ਤੁਸੀਂ ਭਾਨੇ ਸਿੱਧੂ ਦੀ ਸੁਣਦੇ। 2 ਸਾਲ ਹੋ ਗਏ ਆ, ਕਰਪਸ਼ਨ ਘਟੀ ਹੈ? ਹੁਣ ਜੇ ਤੁਸੀਂ ਗੱਡੀ ਨੂੰ ਓਵਰ ਸਪੀਡ ਕਰੋਗੇ ਤਾਂ ਨੈਚੁਰਲੀ ਤੇਲ ਤਾਂ ਵੱਧ ਲੱਗੂਗਾ ਹੀ ਲੱਗੂਗਾ। ਬਿਨਾਂ ਮੰਗੇ ਤੋਂ ਧੱਕੇ ਨਾਲ ਜਦੋਂ ਜੇਬਾਂ 'ਚ ਪਾ ਰਹੇ ਨੇ, ਉਹ ਕਰਪਸ਼ਨ ਗੌਰਮੈਂਟ ਕਿਵੇਂ ਕੰਟਰੋਲ ਕਰੂਗੀ? ਉਹ ਤਾਂ ਲੋਕਾਂ ਨੇ ਕੰਟਰੋਲ ਕਰਨਾ। ਹੁਣ ਕਰਪਸ਼ਨ ਮਹਿੰਗੀ ਹੋ ਗਈ, ਕਿਉਂਕਿ ਜੇ ਹੁਣ ਪਹਿਲਾਂ ਕੋਈ 500 ਰੁਪਏ ਲੈ ਕੇ ਕੰਮ ਕਰਦਾ ਸੀ ਉਹ ਹੁਣ 800 ਰੁਪਏ ਲੈ ਕੇ ਕੰਮ ਕਰ, ਕਿੰਨੇ ਕੁ ਲੋਕਾਂ 'ਤੇ ਕਾਰਵਾਈ ਹੋਈ ਹੈ? ਇਹ ਹੁੰਦਾ ਸੀ ਅਤੇ ਉਹ ਸੇਮ ਐਕਸਕਿਊਜ਼ ਉਹ ਚਲਾਉਣਾ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡਾਕ ਅਤੇ ਮੈਂ ਅਮਨਦੀਪ। ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਬਾਰੇ ਅਤੇ ਲੋਕ ਸਭਾ ਚੋਣਾਂ ਜਿਹੜੀਆਂ ਆ ਰਹੀਆਂ ਉਹਨਾਂ ਚੋਣਾਂ ਬਾਰੇ ਵੀ ਗੱਲ ਕਰਾਂਗੇ ਅਤੇ ਉਹ ਚੋਣਾਂ ਪੰਜਾਬ ਲਈ ਕਿਉਂ ਇੰਪੋਰਟੈਂਟ ਹੈ, ਪੰਜਾਬ ਦੇ ਕਿਹੜੇ ਮੁੱਦੇ ਹੈ ਜਿਨ੍ਹਾਂ 'ਤੇ ਇਹ ਚੋਣਾਂ ਲੜੀਆਂ ਜਾਣਗੀਆਂ। ਲੋਕ ਸਭਾ ਚੋਣਾਂ ਦੇ ਵਿੱਚ ਹੀ ਦਾਅਵੇਦਾਰ ਨੇ ਚਰਨਜੀਤ ਸਿੰਘ ਧਾਲੀਵਾਲ ਜੀ, ਸਾਡੇ ਨਾਲ ਮੌਜੂਦ ਨੇ, ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਸਰ। ਫਿਰੋਜ਼ਪੁਰ ਏਰੀਆ ਦੇ ਵਿੱਚ ਤੁਸੀਂ ਦਾਅਵਾ ਕਰ ਰਹੇ ਹੋ ਆਮ ਆਦਮੀ ਪਾਰਟੀ ਤੋਂ, ਲੱਗਦਾ ਵੀ ਟਿਕਟ ਮਿਲੂਗੀ ਤੁਹਾਨੂੰ ਅਤੇ ਤੁਸੀਂ ਹੀ ਦਾਅਵੇਦਾਰ ਹੈਗੇ ਹੋ ਉਸ ਥਾਂ ਦੇ? ਦੇਖੋ ਜੀ, ਅਸੀਂ ਪਾਰਟੀ ਦੇ ਸਿਪਾਹੀ ਹੁੰਦੇ ਹਾਂ ਜੀ, ਅਤੇ ਹਰ ਇੱਕ ਪਾਰਟੀ ਦੇ ਸਿਪਾਹੀ ਦਾ ਫਰਜ਼ ਹੈ ਕਿ ਉਹ ਮਿਹਨਤ ਕਰੇ ਅਤੇ ਉਹ ਸੋਚੇ ਕਿ ਮੈਂ ਪਾਰਟੀ ਦਾ ਕਿਸੇ ਪੋਰਟਫੋਲੀਓ ਦਾ ਜਾ ਕੇ ਮਤਲਬ ਜਰਨੈਲ ਬਣਨਾ, ਅਤੇ ਉਹ ਇਹ ਸੋਚ ਕੋਈ ਵੀ ਰੱਖ ਸਕਦਾ ਜਿਹੜਾ ਬੰਦਾ ਮਿਹਨਤ ਕਰ ਸਕਦਾ। ਸੋ ਸਿਮਿਲਰਲੀ ਮੇਰੇ ਨਾਲ ਮੇਰੇ ਕਈ ਭਰਾ ਪਾਰਟੀ 'ਚ ਮਿਹਨਤ ਕਰ ਰਹੇ ਨੇ ਅਤੇ ਮੈਂ ਵੀ ਕਰ ਰਿਹਾ, ਅਤੇ ਮੈਨੂੰ ਐਂ ਲੱਗਦਾ ਕਿ ਆਈ ਹੈਵ ਐਡਿਡ ਐਡਵਾਂਟੇਜ ਅਤੇ ਮੈਨੂੰ ਪਾਰਟੀ ਚੋਣ ਦੇਊਗੀ। ਅੱਛਾ, ਲੋਕ ਸਭਾ ਦੇ ਵਿੱਚ ਜਾਣ ਦਾ ਆਈਡੀਆ ਕਿੱਥੋਂ ਆਇਆ ਤੁਹਾਨੂੰ? ਜਿਹੜਾ ਲੋਕ ਸਭਾ ਦੇ ਵਿੱਚ ਜਾਣ ਦਾ ਆਈਡੀਆ ਜੀ, ਕਿਸਾਨ ਅੰਦੋਲਨ ਤੋਂ ਸ਼ੁਰੂ ਹੋਈ ਸੀ ਗੱਲ। ਉਦੋਂ ਅਸੀਂ ਕਿਸਾਨ ਅੰਦੋਲਨ 'ਚ ਗਏ, ਮਤਲਬ 1 ਸਾਲ ਬਹੁਤ ਬੁਰੀ ਤਰ੍ਹਾਂ ਮਤਲਬ ਹਾਰਸ਼ ਕੰਡੀਸ਼ਨ ਦੇ ਵਿੱਚ ਰਹੇ, ਅਤੇ ਸਾਨੂੰ ਉਹ ਗੱਲ ਪਹੁੰਚਾਉਣ 'ਤੇ 1 ਸਾਲ ਲੱਗ ਗਿਆ। ਜਿਹੜੇ MP ਸਾਡੀ ਸਟੇਟ ਤੋਂ ਗਏ ਹੋਏ ਸੀ, ਹਰਸਿਮਰਤ ਬਾਦਲ, ਸੁਖਬੀਰ ਬਾਦਲ ਜੀ, ਇਹ ਸਾਰੇ ਮਤਲਬ BJP ਦੇ ਗੋਦੀ 'ਚ ਬਹਿ ਗਏ ਅਤੇ ਉਹਨਾਂ ਦਾ ਹੀ ਪੜ੍ਹਾਇਆ ਹੋਇਆ ਪਾਠ ਪੜ੍ਹਨ ਲੱਗ ਗਏ ਅਤੇ ਸਾਨੂੰ ਸਮਝਾਉਣ ਲੱਗ ਗਏ ਕਿ ਪੋਲਿਸੀਜ਼ ਆਰ ਨੋਟ ਲਾਈਕ ਦਿਸ, ਇਹ ਇੱਦਾਂ ਨੇ। ਇਹ ਤਾਂ ਸ਼ੁਕਰ ਕਰੋ ਕਿ ਅਸੀਂ ਵੇਲੇ ਸਿਰ ਅੰਗਰੇਜ਼ੀ ਪੜ੍ਹੀ ਹੋਈ ਸੀ ਅਤੇ ਅਸੀਂ 3 ਲਾਅ ਪੜ੍ਹ ਕੇ ਅਤੇ ਉਸ ਤੋਂ ਬਾਅਦ ਅਸੀਂ ਚਲੋ ਕਰ ਲਿਆ। ਉਹ ਕਰਨ ਤੋਂ ਬਾਅਦ ਜਦੋਂ ਅਸੀਂ ਪੜ੍ਹਨ ਤੋਂ ਬਾਅਦ ਸਾਰਾ ਕੁਝ ਸਮਝ ਗਏ ਅਤੇ ਉਸ ਤੋਂ ਬਾਅਦ ਅਸੀਂ ਜਾ ਕੇ ਰੇਲਵੇ ਲਾਈਨਾਂ 'ਤੇ ਇੱਧਰ ਉੱਧਰ ਜਾ ਕੇ ਧਰਨੇ ਪ੍ਰਦਰਸ਼ਨ ਸ਼ੁਰੂ ਕੀਤੇ ਅਤੇ ਸਾਨੂੰ ਬੜਾ ਠੇਸ ਲੱਗੀ ਯਾਰ ਕਿ ਲੋਕ ਸਭਾ 'ਚ ਰੌਲਾ ਤਾਂ ਇਹਨਾਂ ਨੇ ਪਾਉਣਾ ਸੀਗਾ, ਇਹ ਸਾਨੂੰ ਸਮਝਾਉਣ ਲੱਗੇ ਹੋਏ ਅਤੇ ਅਸੀਂ ਹੁਣ ਕਿੱਥੇ ਜਾਣਾ। ਅਤੇ ਫਿਰ ਉਦੋਂ ਬਾਅਦ ਅਸੀਂ ਸ਼ੰਭੂ ਬਾਰਡਰ ਤੋੜ ਕੇ ਫਿਰ ਉੱਥੇ ਪਹੁੰਚੇ, ਫਿਰ ਉੱਥੇ ਬੈਠੇ ਰਹੇ। ਉਦੋਂ ਮਨ 'ਚ ਆਇਆ ਵੀ ਮਣਾ ਇਹ ਸੜਕਾਂ 'ਤੇ ਬੈਠਿਆਂ ਝੱਟ ਨਹੀਂ ਪੈਣਾ ਗਾ, ਇਹ ਤਾਂ ਜੇ ਕੁਛ ਕਰਨਾ ਤਾਂ ਅੰਦਰ ਹੋਣੇ ਚਾਹੀਦੇ ਆ, ਡੈਮੋਕ੍ਰੇਸੀ ਦੇ ਵਿੱਚ ਮਤਲਬ
रोज़ रोज़ सिर नहीं कट्ठे किए जा सकते, रोज़ रोज़ मुल नहीं पाया जा सकता, ये तो एक करी करना ही पैना। सो वो कहते हथी वणज स्नेह खेती होंगे ना बत्तियों तेती, मैं क्या भी स्नेह दे के ते कह के भी चल तू चल तू चल ऐ नहीं होना, यह आप मर ही झट पैना। मतलब पावर दे विच आना जरूरी है जे बदलाव चाहते हैं, पावर दे विच ला लो या थोड़ा कद इन्ना को होना चाहिए भी थोड़ी जिहड़ी छां वह दसे कि थोड़ा कद किन्ना थोड़ा साइज किन्ना। तो जे तुसी टैंपरेरी तौर पर तुसी ये करते रहो कि हर थां ते तुहानू आपदा रिपोर्ट कार्ड ही दिखाना पै जाए तो वह फिर कम नहीं होंगे तो वह कोई फायदा भी नहीं होंगे। अच्छा तुसी किसानी अंदोलन तो थोनू चिणक लगी कि नहीं असी किसी अहदे ते जाइए पावर वाली थां ते जाइए जिथों असी बदलाव कर सकीए जिथे असी अपने लोगों सड़कों पर रुण तो ना ना हो रुण दे उन्होंने। किसान अंदोलन तो अज भी चल रहा। हाँ वधिया गल है जी चल रहा, तो अच्छी गल आ भी साढ़े इन्नी स्पिरिट बाकी आ कि असी पहला एक सक्सैसफुली कंप्लीट कर लिया, तो दूजा सोच लिया भी असं कर लेंगे, नहीं तो बहुत जंगा इस करके लड़निया छड़ देंगे लोग भी यार पिछली बहुत औखे जितते सी पता नहीं हुण की होगा। ये वड्डी गल आ कि साढ़े पंजाबियों अज तक इन्नी जान तो इन्ना मतलब वजूद हैगा कि असी अज दोबारा फिर सीधे होए हुए हैं तो बड़े टाइम तो होए हुए हैं। जे असी हुण ना होंदे तो जो अगली सरकार बन जाए फिर उस तो बाद मिन्नतां करन दा कोई फायदा नहीं होंदा। अच्छा एक गल होर है जिहड़ा अज दा अंदोलन है, पहला अंदोलन सीगा बीजेपी दे खिलाफ, अज दा अंदोलन भी बीजेपी केंद्र सरकार दे खिलाफ तो है पर कितों कितों आवाज़ ये भी आती है कि पंजाब जिहड़े अहुदेदार बैठे हैं पंजाब दे मुख्यमंत्री या पंजाब दे मंत्री या एम एल ए वो साढ़े नाल नहीं खड़े, लोगों से यह रोस है। तुसी ना भी जी शायद अकाली या कांग्रेस दा ज़्यादा तुसी सुनिया होएगा, मैं थानू मान साहब के कुछ शब्द कहे मैंने याद आ गए, वो कहिंदे आ कि तुसी इधर बार्डर बना रहे हो, तुसी हरियाणे वाले पासे बार्डर बना रहे हो तो पाकिस्तान वाले पासे भी इदां दा ही बार्डर बनिया हुआ, भी तुसी सानू दसो भी तुसी सानू नग नाल रखना कि सानू तुसी अड समझदे हो। ते फिर उन्होंने बड़े गिने चुने शब्दों कहा फिलहाल मैं सेंटर नू कहना चाहना, मतलब अज तक कोई मुख्यमंत्री इवें नहीं रेफरेंस दे के कह सकेगा कि असी जी मैं सानू तो हरियाणा भी हो जाए सानू तो पाकिस्तान भी हो जाए। धारीवाल साहब सवाल ये भी है कि पिछली बारी तो चलो तुसी सी मोर्चे दे नाल सी, इस बारी लोगों के विच रोस इस करके भी है कि आम आदमी पार्टी उत्थे दिख नहीं रही मोर्चे च? नहीं जी जिहड़ियां किसानी अंदोलन आ ना जी उहदे च असीं पोलिटिकली नहीं विक सकदे, जे असीं पोलिटिकली आम आदमी पार्टी उत्थे खड़ी हो जूगी तो जिवें पिछले वारी खालिस्तानी नूं धब्बा लग्गिया सीगा तो बीजेपी का मौका भाल दी कि असीं कहीए कि इह होर कोई नहीं गए लोग नहीं गए इह तां आम आदमी पार्टी दे वर्कर ने, वो तो यह एक्सक्यूज़ लभ रहे ने जे असीं उत्थे खड़े हो जांदे आ तो वेरी नैक्सट डे बीजेपी ने मौका मिल जाएगा तो वह किसानी संघर्ष ना होकर आम आदमी पार्टी का संघर्ष बन के उपर आ जाएगा। सो वी आर इन फेवर बीइंग अ फार्मर, बट यही नहीं गा कि असी ओपनली जाके उत्थे साड़ी भावना उन्होंने है तो मान साहब के तुसी विचार भी सुने हुए है भावना है आम आदमी पार्टी की, तो लोगों के भी सवाल आए हैं खनौरी बॉडर जाने तो रोकया गया ट्रैक्टर ट्रालिया उत्थे पातड़ा दे विच ही रोकता पंजाब पुलिस ने, लोग कहते हैं कि एक पासे तुसी कहने हो कि असी किसानां दे नाल आ दूजे पासे पंजाब पुलिस ही क्यों रोक रही है? ऐसा चाहिए मैटर ऑफ पॉलिसी या मैटर ऑफ सिक्योरिटी नहीं रोकया जाता उन्होंने, पर हो सकता ट्रैफिक चैनलाइज करन दी कोई गल होवे, हो सकता कोई अल्टरनेट रूट की गल होवे, थोड़ा बहुत ये आ जाता क्योंकि उस लैवल से जिसे ट्रैफिक पुलिस ट्रैफिक मैनेज करती आ उस लैवल से कई बार चैनलाइजेशन च हो जाता जो तुम कह रहे हो, तो ऐसा मैनू समझ नहीं आएगा, बट ये कदे नहीं हो सकता कि आम आदमी पार्टी किसानों नू रोके क्योंकि आम आदमी पार्टी तो फैसिलिटेट कर रही है कि तुम पहुँचो सुरक्षित पहुँचो उत्थे सुरक्षित रहो, असी एंबूलेंसा लाइया ने असी मतलब जिन्ना भी पिछों हैल्प की जा सकती वो कर रहे हैं सरकारी तौर पर जो एक आप दे नागरिकां नू करनी चाहिए पंजाबियों नू करनी चाहिए पंजाब सरकार वालों वो हर सहूलत उत्थे दे रहे हैं। पर गल एक होर भी आती है कि पंजाब सरकार जो सहूलत दे रही है
पंजाब सरकार चाहती भी है कि किसान संघर्ष भी लड़न। तो पंजाब सरकार ने ही कई वादे किए MSP की जिहड़ी गल हुंदी है, केंद्र सरकार तो गरंटी नहीं दे रही MSP की, पर आम आदमी पार्टी ने कई थावां ते कहा सी, कई वीडियोज़ अज वायरल हो रहे हैं जिथे कहा जाता कि 22 दियां 22 फसलों पर असी MSP देवांगे, ते उहदे ते भी लोग सवाल चक रहे हैं भी जे केंद्र सरकार ने नहीं दित्ती सानू MSP तो सानू आपदी सरकार ने जिन्हां नू असी अपने बना के भेजिया उन्हां नू ते उन्हां ने विधानसभा च जाके सानू इह नहीं दित्ता। जिहड़ा तुसी कह रहे हो भी बयान दित्ते ने या कोई वादा किया कि असी इह MSP देवांगे, देखो किस लैवल दे बंदे ने की वादा किया उह तां मैं हर बयान मैं याद नहीं, बट जे कि पार्टी प्लेटफॉर्म से या पार्टी नुमाइंदे ने कोई बयान दिता तो मेरे हिसाब नाल वो पूरा होगा। जो अज के लोगों का विश्वास है कि जो गरंटियां देकर पंजाब सरकार बनी है उन्होंने वो पूरा करेगी। तो जो बंदा एमरजेंसी उठ के बहर आ एमरजेंसी छुट्टी मिलती है कि लै भाई हूँ तेरा इलाज होन लग गया, पहले तो बीमार होकर पहुंच गया ना पंजाब उस हॉस्पिटल च कि जितों वापस मुड़ना ही मुश्किल से। आम आदमी पार्टी के आने वेंटिलेटर मिलया हूँ रिकवर कर रहा हौली 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 हौली, तो आल ऑफ सडन सारा कुछ चुटकी तो नहीं हुंदा गा। तो जे कोई बंदा यह कहता कि मैं जी चुटकी तो ये कर देंगा तो इट डज मीन दैट कि वह इनएक्सपीरियंस आ। सो वो ऐसा कोई बयान आया हो मैनू ज़्यादा पता नहीं, पर MSP नू लैके या किसानां दी अपलिफ्टमेंट नू लैके असी चिंतित हाँ। तो ये इस सरकार दे विच जिहड़ा बदलाव आऊगा किसानां दी लाइफस्टाइल दे विच, जिद्दां हुण बिजली जाणो बंद हो गई है जी, जनरेटर तुसीं भी असीं भी किन्ने क असीं जनरेटर चलाए झोने च, साढ़े हर हर वह खालियां च पानी पहुँच गया नहरां दा जिथे कदे नहीं सी पहुँचिया, हाँ जी जिहड़े शरेआम पाइपां लगदियां हुंदियां सीगियां टेलां ते पानी नहीं सी पहुँचदा हुंदा, वह किधर गए बंदे किधर गईआं उह पाइपां। कानून व्यवस्था की अगे नालों सहूलत हुई आ, कित्थे गए लोग, लोगों के नजायज़ परचे हुंदे सीगे किधर गए वह नजायज़ परचे, हुण की अज कोई कोई MLA जां कोई लीडर किसी भी ते भी नजायज़ परचा कोई करा सकदा, बिल्कुल नहीं हुंदा, हो ही नहीं सकदा, धक्का नहीं हो सकदा किसी नाल। सो ओवरऑल जिहड़ा सिस्टम है ना पहला कलैक्टिवली सिस्टम सुधारन की गल होगी जिदे विच मैक्सीम नंबर ऑफ पंजाबी पीपल नू रिलीफ मिले। हो सकता है कि जिहड़ी तुसी गल कहने हो कि परचे नजायज़ परचे आ ये सब नहीं हुंदा, हो सकता मल्टीपल लैवल ते ना हुंदा होवे, बहुत घट हुंदा होवे, पर जिहड़ा हुंदा है वह बहुत उजागर हुंदा है। मैं भाना सिद्धू केस की गल करदा, भाना सिद्धू ते जिहड़ा परचा होया जां उस तों पहला परमिंदर सिंह झोटा जो नशे के खिलाफ कैंपेन चलाउंदा उहदे खिलाफ भी परचा होया, इन्हां ते जिहड़े तरीके की कार्रवाई हुई, पंजाब पुलिस का जिहड़ा रवैया उत्थे सामने आया, जिहड़े आरोप लगे वह बड़े गंभीर है। उत्थे पंजाब सरकार थोड़ी घिरदी नज़र आउंदी है, विरोध लोगों के विच वधिया कि जी नजायज़ परचियां दे डर तो असी होर सरकारां नू होर पार्टियां नू मैं नाम नहीं लैंदा भी उन्हां पार्टियां नू असी बाहर कीता सीगा, ते जे यही साडे नाल इह वी साडे जिहड़े अपने बना के असी भेजे सी, क्योंकि भगवंत मान भाना सिद्धू लखा सधाणा ये इक्को स्टेज शेयर करदे भी देखे गए आ किसे टाइम ते, तां लोकां नू इह डाउट बन रहा ये अज की तारीख च पंजाब सरकार नू इह डाउट क्लीयर करना भी बनता है आम आदमी पार्टी नू भी कि जो ये हो रहा इहदे पिछे कोई पोलिटिकल मंशा है पंजाब सरकार की या ये वैसे नजायज बनाई जा रही गल्लां। देखो तुसी अज आप कट्ठे बैठे हाँ, तुसी कल नू किसी तरह की थानू मेरे नाल प्रॉब्लम होवे तुसी ऑब्वियसली पुलिस कोल जाओगे, उत्थे इनक्वायरी होगी, उत्थे सारा कुछ होगा, दैन आफ्टर ऑल मैनू उच्च सद्या जाऊगा, है जी तो थानू जस्टिस देना तो पुलिस का काम आ। हुण जे जस्टिस असी आप ही लैन लग जाइए तो साढ़े वो जिहड़े तरीके हुंदे ने जस्टिस लैन दे जां दबाउण दे वो कितें ना कितें असी गुस्से च या उस तरह की भावना च हाइपर हो के कुछ इदां दे वर्ड्स एक्सचेंज कर लैने जिहदे करके सानू वो वर्ड्स वापस लैने औखे हो जांदे आ। वो कहिंदे ना कि तू मैनू गल कहिंदी मैनू मूँह कढ़ ते मैं तैनू पिंडों कढूंगी, हांजी। सो
ਜਿਹੜਾ ਭਾਨਾ ਸਿੱਧੂ ਵਾਲਾ ਕੇਸ ਸੀ ਉਹਦੇ ਵਿੱਚ ਬਹੁਤੇ ਜਿਹੜੇ ਟੈਲੀਫੋਨਿਕ ਕਾਲਸ ਕੋਈ ਆ ਗਿਆ ਜੀ ਮੇਰੇ ਕੋਲ ਤਾਂ ਟੈਲੀਫੋਨਿਕ ਕਾਲਸ ਕਰਤੀਆਂ ਮੈਂ ਕੁਛ ਹੁਣ 100 ਕੀਤੀ ਕਾਲ ਤੁਸੀਂ ਇੱਕ ਅੱਧੀ ਤੁਹਾਡੀ ਨਿਸ਼ਾਨਾ ਗਲਤ ਵੀ ਲੱਗ ਜਾਂਦਾ ਹੋ ਸਕਦਾ ਜਿਹੜੇ ਬੰਦੇ ਤੁਸੀਂ ਸ਼ਿਕਾਇਤ ਕੀਤੀ ਉਹ ਠੀਕ ਵੀ ਹੋਵੇ ਹੋ ਸਕਦਾ ਸੋ ਇਨ ਦੈਟ ਕੇਸ ਜੇ ਕਿਸੇ ਦੀ ਉਹਨਾਂ ਦੀ ਸੁਣਵਾਈ ਨਾ ਹੋਵੇ ਕੰਪਲੇਨੈਂਟ ਦੀ ਤਾਂ ਉਹ ਵੀ ਸਰਕਾਰ ਲਈ ਅਨਜਸਟੀਫਾਈਡ ਆ ਕਿ ਤੁਸੀਂ ਜੀ ਫਲਾਨਾ ਬੰਦਾ ਤੁਹਾਡੇ ਕੋਲ ਸ਼ਿਕਾਇਤ ਲੈ ਕੇ ਆਇਆ ਤੁਸੀਂ ਉਹਦੀ ਨਹੀਂ ਸੁਣੀ ਤੁਸੀਂ ਭਾਨੇ ਸਿੱਧੂ ਦੀ ਸੁਣਦੇ ਹੋ ਸੋ ਐਵਰੀਬਡੀ ਇਜ਼ ਟੂ ਬੀ ਹਰਡ ਅਤੇ ਜੇ ਹਰ ਇੱਕ ਬੰਦੇ ਦੀ ਸੁਣਵਾਈ ਹੋਊਗੀ ਤਾਂ ਫਿਰ ਹੀ ਸਿਸਟਮ ਠੀਕ ਹੋਊਗਾ ਹਾਂ ਇੱਕਾ ਦੁੱਕੀ ਮੈਂ ਨਹੀਂ ਕਹਿੰਦਾ ਕਿ 100% ਹੀ ਸਾਰਾ ਕੁਝ ਠੀਕ ਹੋ ਗਿਆ ਜੇ ਇਹ 5 ਸਾਲਾਂ ਦੇ ਵਿੱਚ 90% ਵੀ ਠੀਕ ਹੋ ਗਿਆ ਨਾ ਤਾਂ ਤੁਸੀਂ ਇਹ ਮੰਨੋ ਵੀ ਪੰਜਾਬ ਸਰਕਾਰ ਦੀ ਬਹੁਤ ਜ਼ਿਆਦਾ ਵੱਡੀ ਪ੍ਰਾਪਤੀ ਆ ਐਡੇ ਪਰਿਵਾਰ ਦੇ ਵਿੱਚ ਮਤਲਬ ਇਟਸ ਅਬਾਊਟ 3 ਲੱਖ ਕਰੋੜ ਅਤੇ ਉਦੋਂ ਉੱਤੇ ਜੇ ਤੁਸੀਂ ਇਹ ਮੰਨੋ ਕਿ ਸਾਰਿਆਂ ਨੂੰ ਸਾਰਾ ਕੁਝ ਠੀਕ ਹੋ ਜੇ ਇਹ ਪੋਸੀਬਲ ਨਹੀਂ ਹੈ ਕਿਉਂਕਿ ਪ੍ਰੋਬਲਮ ਹੀ ਇੰਨੀ ਹੋਈ ਵੀ ਸੀ 70 ਸਾਲਾਂ ਦੇ ਵਿੱਚ ਜਿਹੜੀ ਇਵੈਂਚੁਅਲੀ ਰਿਪੇਅਰ ਹੋਣ 'ਤੇ ਟਾਈਮ ਲੱਗੂਗਾ ਪਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਇੱਕ ਜਿਹੜੀ ਚੀਜ਼ ਚੈਲੰਜ ਬਣੀ ਉਹ ਇਹੀ ਸੀ ਕਿ ਉਹ ਲੋਕਾਂ ਨੂੰ ਉਮੀਦ ਹੋਊਗੀ ਕਿ ਚੁਟਕੀ ਮਾਰਨ ਸਾਰੀ ਸਭ ਕੁਝ ਹੋ ਜਾਊਗਾ ਕਿਉਂਕਿ ਆਮ ਆਦਮੀ ਪਾਰਟੀ ਜਦੋਂ ਆਈ ਹੈ ਨਾ ਆਮ ਆਦਮੀ ਪਾਰਟੀ ਨੇ ਆਉਂਦਿਆਂ ਅਕਸ ਆਪਣਾ ਇਹੋ ਜਿਹਾ ਰੱਖਿਆ ਕਿ ਸਾਨੂੰ ਲੈ ਕੇ ਆਓ ਅਸੀਂ ਸਭ ਕੁਝ ਹੱਲ ਕਰਾਂਗੇ ਉਸ ਟਾਈਮ 'ਤੇ ਜਿਹੜੇ ਕੈਂਪੇਨ ਚੱਲੇ ਲੋਕਾਂ ਨੂੰ ਲੱਗਿਆ ਕਿ ਹਾਂ ਮਤਲਬ ਐਡਾ ਵੱਡਾ ਬਦਲਾਅ ਵੀ ਜਿਹੜਾ ਪੰਜਾਬੀਆਂ ਨੇ ਲਿਆਂਦਾ ਉਹ ਇਸੇ ਕਰਕੇ ਸੀ ਕਿ ਉਹਨਾਂ ਨੂੰ ਵਿਸ਼ਵਾਸ ਸੀਗਾ ਕਿ ਇਹ ਆਉਣਗੇ ਤਾਂ ਇਹ ਸਾਡੇ ਹੱਕ ਦੀ ਗੱਲ ਕਰਨਗੇ ਅਤੇ ਇਹ ਜਿਹੜਾ ਜਿਹੜੀ ਪ੍ਰੋਬਲਮ ਚੱਲ ਰਹੀ ਆ ਉਹ ਚੁਟਕੀ ਨਾਲ ਹੱਲ ਹੋਊਗੀ ਜੇ ਇਹਨਾਂ ਨੇ ਕਹਿਤਾ ਕਿ ਹਾਂ ਇਹ 10 ਦਿਨਾਂ 'ਚ ਹੋਣਾ ਕੰਮ ਤਾਂ 10 ਦਿਨਾਂ 'ਚ ਹੋਊਗਾ ਉਹ ਲੋਕਾਂ ਦੀ ਉਮੀਦ ਮੈਨੂੰ ਲੱਗਦਾ ਕਿ ਵੱਧ ਬਣੀ ਸੀ ਵੱਧ ਬਣੀ ਵੀ ਸੀ ਲੋਕ ਐਕਚੁਅਲੀ ਪਰੇਸ਼ਾਨ ਵੱਧ ਸੀ ਲੋਕ ਜਿਹੜੀ ਪਰੇਸ਼ਾਨੀ ਦਾ ਲੈਵਲ ਸੀ ਨਾ ਉਹ ਜ਼ਿਆਦਾ ਸੀ ਜਦੋਂ ਬੰਦਾ ਪਰੇਸ਼ਾਨ ਜ਼ਿਆਦਾ ਹੋਵੇ ਤਾਂ ਉਹਨੂੰ ਰਿਲੀਫ ਵੀ ਇਮੀਡੀਏਟਲੀ ਚਾਹੀਦਾ ਹੁੰਦਾ ਮੈਂ ਪਰੇਸ਼ਾਨ ਘੱਟ ਹਾਂ ਮੇਰਾ ਕੱਲਾ ਸਿਰ ਦੁਖਦਾ ਮੈਂ 2 ਦਿਨ ਗੋਲੀ ਨਹੀਂ ਲਊਂਗਾ ਯਾਰ ਕੋਈ ਨਹੀਂ ਹਟ ਜੂਗਾ ਆਪੇ ਜੀ ਅਤੇ ਜੇ ਮੇਰੀ ਮਤਲਬ ਕਿਡਨੀ ਦੇ ਸਟੋਨ ਦਾ ਦਰਦ ਆ ਤਾਂ ਮੈਨੂੰ ਇਮੀਡੀਏਟਲੀ ਉਨੀ ਜ਼ਿਆਦਾ ਮੈਡੀਸਨ ਚਾਹੀਦੀ ਆ ਲੋਕ ਪਰੇਸ਼ਾਨ ਇੰਨੇ ਸੀ ਉਹਨਾਂ ਨੂੰ ਰਿਲੀਫ ਦੀ ਬਹੁਤ ਜ਼ਿਆਦਾ ਲੋੜ ਸੀ ਅਤੇ ਉਹਨਾਂ ਨੇ ਸਰਕਾਰ ਚੁਣੀ ਅਤੇ ਮਤਲਬ ਸਰਕਾਰ ਚੁਣ ਕੇ ਸਰਕਾਰ ਸਰਕਾਰ ਵਾਂਗੂ ਹੀ ਚੱਲੂਗੀ ਸਰਕਾਰ ਜਾਦੂਗਰ ਵਾਂਗੂ ਤਾਂ ਚੱਲ ਨਹੀਂ ਸਕਦੀ ਨਾ ਕਿ ਜੀ ਚੁਟਕੀ ਮਾਰੀ ਐਂ ਹੋ ਗਿਆ ਅਤੇ ਚੁਟਕੀ ਮਾਰੀ ਗੈਬ ਹੋ ਗਿਆ ਬਿਲਕੁਲ ਹਾਂਜੀ ਸੋ ਜਿਹੜਾ ਬਾਇਲੋਜ਼ ਨੇ ਉਹ ਉਹਦੇ ਹਿਸਾਬ ਨਾਲ ਹੀ ਚੱਲਿਆ ਜਾਊਗਾ ਸਰਕਾਰ ਕੰਮ ਉਵੇਂ ਕਰੂਗੀ ਜਿੰਨਾ ਵੱਡਾ ਪਰਿਵਾਰ ਹੁੰਦਾ ਨਾ ਜੀ ਜਿੰਨਾ ਵੱਡਾ ਫੈਮਿਲੀ ਹੁੰਦੀ ਆ ਉਹਦੇ 'ਚ ਉਨਾ ਹੀ ਉਹ ਕੰਮ ਸਲੋ ਹੁੰਦਾ ਸਾਡੀ ਨਿਊਕਲੀਅਰ ਫੈਮਿਲੀ ਆ ਮੰਨ ਲਓ ਅਸੀਂ 2 ਜਣੇ ਮੀ ਐਂਡ ਮਾਈ ਵਾਈਫ 2 ਜਣਿਆਂ ਨੇ ਸਲਾਹ ਕਰਨੀ ਆ ਡਿਸੀਜਨ ਲੈ ਲੈਣਾ ਜਦੋਂ ਸਾਡੇ ਨਾਲ ਮਾਂ ਪਿਓ ਰਹਿੰਦੇ ਨੇ ਜਦੋਂ ਅਸੀਂ ਉਦੋਂ ਫੈਸਲਾ ਲਵਾਂਗੇ ਉਦੋਂ ਸਾਨੂੰ 4 ਜਣਿਆਂ ਦਾ ਫੈਸਲਾ ਕਲੈਕਟਿਵ ਹੋਊਗਾ ਬਿਲਕੁਲ ਫਿਰ ਜੇ ਗ੍ਰੈਂਡ ਗ੍ਰੈਂਡਫਾਦਰ ਹੈਗੇ ਨੇ ਗ੍ਰੈਂਡ ਮਦਰ ਹੈਗੇ ਨੇ ਤਾਂ ਫਿਰ ਉਹਦਾ ਵੀ ਜੋ ਫਿਰ ਜਿੰਨੇ ਪਰਿਵਾਰ ਦੇ ਮੈਂਬਰ ਇਨਵੋਲਵਡ ਜ਼ਿਆਦਾ ਹੁੰਦੇ ਨੇ ਉਨੇ ਫੈਸਲੇ ਸਲੋ ਹੁੰਦੇ ਨੇ ਅਤੇ ਉਨੇ ਮਤਲਬ ਉਹ ਟਾਈਮ ਬਾਊਂਡ ਹੁੰਦੇ ਨੇ ਪਰ ਮੈਂ ਮਤਲਬ ਸ਼ੁਕਰਗੁਜ਼ਾਰ ਹਾਂ ਮਾਨ ਸਾਹਿਬ ਦਾ ਵੀ ਜਿਹੜੇ ਇੰਨੇ ਉੱਚ ਸਿਸਟਮ ਦੇ ਵਿੱਚ ਹੋਣ ਦੇ ਬਾਵਜੂਦ ਵੀ ਬੜੇ ਕੁਇਕ ਫੈਸਲੇ ਲੈ ਰਹੇ ਨੇ ਮਤਲਬ ਉਹ ਸਿੱਧਾ ਹੀ ਵੇਖਦੇ ਨੇ ਵੀ ਲੋਕਾਂ ਦਾ ਭਲਾ ਇਹ 'ਚ ਕਿੰਨੇ ਲੋਕਾਂ ਨੂੰ ਇਹ ਇਸ ਡਿਸੀਜ਼ਨ ਦਾ ਕਿੰਨੇ ਲੋਕਾਂ ਨੂੰ ਇਫੈਕਟ ਜਾਏਗਾ ਅਤੇ ਉਹ ਨਾਲ ਦੀ ਨਾਲ ਫੈਸਲਾ ਲੈ ਲੈਂਦੇ ਨੇ ਫੈਸਲੇ ਤਾਂ ਕਈ ਲਏ ਆ ਮਾਨ ਸਰਕਾਰ ਨੇ ਉਹਨਾਂ ਫੈਸਲਿਆਂ 'ਤੇ ਕਿੰਨਾ ਕੁ ਅਸਰ ਹੋਇਆ ਇਹਦੇ 'ਤੇ ਵੀ ਸਵਾਲ ਉੱਠਦੇ ਆ ਕਰਪਸ਼ਨ ਦੀ ਗੱਲ ਕਰਦੇ ਹਾਂ ਜਦੋਂ ਅਸੀਂ ਦੇਖਦੇ ਹਾਂ ਕਿ ਕਰਪਸ਼ਨ ਵਾਸਤੇ ਚੰਗਾ ਕੈਂਪੇਨ ਚਲਾਇਆ ਗਿਆ ਪੰਜਾਬ ਸਰਕਾਰ ਵੱਲੋਂ ਅਤੇ ਲੋਕਾਂ ਨੂੰ ਉਮੀਦ ਸੀ ਕਿ ਕਰਪਸ਼ਨ ਬਿਲਕੁਲ ਖਤਮ ਹੋ ਜੂਗੀ ਜੜੋਂ ਖਤਮ ਹੋ ਜੂਗੀ ਚਲੋ ਜੜੋਂ ਖਤਮ ਨਹੀਂ ਵੀ ਹੁੰਦੀ ਤਾਂ ਘਟੂਗੀ ਬਹੁਤ ਜ਼ਿਆਦਾ ਤੁਹਾਨੂੰ ਕੀ ਲੱਗਦਾ ਵੀ 2 ਸਾਲ ਹੋ ਗਏ ਆ ਕਰਪਸ਼ਨ ਘਟੀ ਹੈ ਕਰਪਸ਼ਨ ਘਟੀ ਹੈ ਜੀ ਅੱਗੇ ਨੂੰ ਅਤੇ ਉਹਦੇ ਨਾ ਕਰਪਸ਼ਨ ਦੇ ਵਿੱਚ 2 ਤਰ੍ਹਾਂ ਦੀ ਕਰਪਸ਼ਨ ਆ ਵਨ ਇਜ਼ ਕਿ ਤੁਹਾਨੂੰ ਬੰਦਾ ਕਹਿੰਦਾ ਜੀ ਤੁਸੀਂ ਮੇਰੇ ਕੋਲ ਕੰਮ ਆਏ ਹੋ ਅਤੇ ਮੈਨੂੰ ਇੰਨੇ ਪੈਸੇ ਦਿਓ ਅਤੇ ਮੈਂ ਫਿਰ ਕਰੂੰਗਾ ਠੀਕ ਹੈ ਜੀ ਠੀਕ ਹੈ ਉਹ ਕਰਪਸ਼ਨ ਹੋ ਗਈ ਹੈ ਖਤਮ ਹੁਣ ਕਿਹੜੀ ਕਰਪਸ਼ਨ ਰਹਿ ਗਈ ਆ ਕਿ ਕਿਸੇ ਪ੍ਰੋਸੈਸ ਨੂੰ ਫੋਲੋ ਕਰਨ 'ਤੇ ਮੰਨ ਲਓ 7 ਦਿਨ ਲੱਗਦੇ ਨੇ ਜਾਂ ਮੈਂ ਕੁਛ ਕੰਮ ਹੀ ਐਸਾ ਕਰਾਉਣਾ ਚਾਹੁੰਦਾ ਜਿਹੜਾ ਕਿ ਵਾਕਈ ਉਹ ਗਲਤ ਆ ਜਾਂ ਮੈਂ ਓਵਰ ਸਪੀਡ ਕਰਨਾ ਚਾਹੁੰਦਾ ਹੁਣ ਜਦੋਂ ਤੁਸੀਂ ਗੱਡੀ ਨੂੰ ਓਵਰ ਸਪੀਡ ਕਰੋਗੇ ਤਾਂ ਨੈਚੁਰਲੀ ਤੇਲ ਤਾਂ ਵੱਧ ਲੱਗੂਗਾ ਹੀ ਲੱਗੂਗਾ ਨਾ ਤੁਸੀਂ ਕਹੋ ਵੀ ਚਲਾਵਾਂ ਵੀ 140 ਅਤੇ ਐਵਰੇਜ ਵੀ ਮੇਰੀ ਪੂਰੀ ਆਵੇ ਨਹੀਂ ਹੋ ਪਾਊਗੀ ਨਾ ਜੀ ਪਰ ਲੋਕਾਂ 'ਚ ਉਹ ਹੁਣ ਜਿਹੜੇ ਉਹ ਲੋਕ ਨੇ ਜਿਹੜੇ ਓਵਰ ਸਪੀਡ ਕਰਨਾ ਚਾਹੁੰਦੇ ਨੇ ਜਾਂ ਸਿਸਟਮ ਨੂੰ ਬਾਈਪਾਸ ਕਰਨਾ ਚਾਹੁੰਦੇ ਨੇ
ਉਹ ਬਿਨਾਂ ਮੰਗੇ ਤੋਂ ਧੱਕੇ ਨਾਲ ਜਦੋਂ ਜੇਬਾਂ 'ਚ ਪਾ ਰਹੇ ਨੇ ਉਹ ਕਰਪਸ਼ਨ ਗਵਰਨਮੈਂਟ ਕਿਵੇਂ ਕੰਟਰੋਲ ਕਰੂਗੀ ਉਹ ਤਾਂ ਲੋਕਾਂ ਨੇ ਕੰਟਰੋਲ ਕਰਨੀ ਪੈਣੀ ਲੋਕਾਂ 'ਚ ਇਹ ਵੀ ਗੱਲ ਹੈ ਕਿ ਕਰਪਸ਼ਨ ਪਹਿਲਾਂ ਤਾਂ ਸੀ ਜਿਹੜੀ ਸੀ ਹੁਣ ਕਰਪਸ਼ਨ ਮਹਿੰਗੀ ਹੋ ਗਈ ਕਿਉਂਕਿ ਜੇ ਹੁਣ ਪਹਿਲਾਂ ਕੋਈ 500 ਰੁਪਏ ਲੈ ਕੇ ਕੰਮ ਕਰਦਾ ਸੀ ਉਹ ਹੁਣ 800 ਰੁਪਏ ਲੈ ਕੇ ਕੰਮ ਕਰਦਾ ਕਿਉਂਕਿ ਉਹਨੂੰ ਸ਼ਾਇਦ ਫੜੇ ਜਾਣ ਦਾ ਡਰ ਹੈ ਜਾਂ ਸ਼ਾਇਦ ਹੋਰ ਕਿਤੇ ਕੰਮ ਨਹੀਂ ਹੁੰਦੇ ਉਸ ਤਰੀਕੇ ਨਾਲ ਤਾਂ ਕਰਕੇ ਉਹ ਕਰਪਸ਼ਨ ਥੋੜ੍ਹੀ ਮਹਿੰਗੀ ਹੋ ਗਈ ਹੈ ਵੀ ਚੱਲ ਤਾਂ ਰਹੀ ਆ ਉਹ ਜਿਹੜੀ ਬਾਬੂਸ਼ਾਹੀ ਜਿਹੜੀ ਚੱਲਦੀ ਹੈ ਜਿਹੜੇ ਬਾਬੂ ਬੈਠੇ ਆ ਟੇਬਲਾਂ 'ਤੇ ਅੰਡਰ ਦਾ ਟੇਬਲ ਜਿਹੜੇ ਲੈਂਦੇ ਆ ਪੈਸੇ ਕਈ ਥਾਵਾਂ 'ਤੇ ਪਟਵਾਰੀਆਂ ਦੀ ਵੀ ਗੱਲ ਹੋਈ ਹੈ ਪਟਵਾਰੀਆਂ ਦਾ ਸਟਾਫ ਹੈ ਕਹਿੰਦੇ ਉਹ ਪ੍ਰਾਈਵੇਟ ਸਟਾਫ ਹਾਇਰ ਕੀਤਾ ਹੋਇਆ ਉਹ ਉਹਨਾਂ ਦੇ ਨਾਮ 'ਤੇ ਪੈਸੇ ਲੈਂਦਾ ਰਜਿਸਟਰੀਆਂ ਦੇ ਵਿੱਚ ਅਤੇ ਹੋਰ ਕਈ ਥਾਵਾਂ 'ਤੇ ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਟਰਾਂਸਪੇਰੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਰਜਿਸਟਰੀਆਂ ਔਨਲਾਈਨ ਹੋਣਗੀਆਂ ਜਾਂ ਹੋਰ ਵੀ ਕਈ ਕਦਮ ਪਰ ਉਹ ਪੱਕਾ ਹੱਲ ਹਜੇ ਤੱਕ ਮੈਨੂੰ ਲੱਗਦਾ ਲੋਕਾਂ ਤੱਕ ਜਿਹੜਾ ਪਹੁੰਚਣਾ ਚਾਹੀਦਾ ਸੀ ਉਹ ਨਹੀਂ ਪਹੁੰਚਿਆ ਕਿਤੇ ਨਾ ਕਿਤੇ ਇੱਕ ਨਾ ਜੀ ਉਹ ਆ ਕਾਮਨ ਜੀ ਕਹਾਵਤ ਆ ਵਾਰੇ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਨੂੰ ਹੁਣ ਜਿਹੜੇ ਇਹ ਅਫਸਰ ਪਹਿਲਾਂ ਦੀਆਂ ਸਰਕਾਰਾਂ ਦੇ ਵਿੱਚ ਖੁੱਲ੍ਹੇਆਮ ਪੈਸੇ ਲੈ ਰਹੇ ਸੀ ਮਤਲਬ ਪਟਵਾਰੀਆਂ ਦੇ ਰੇਟ ਰੱਖੇ ਹੋਏ ਸੀ ਰੇਟ ਲਿਸਟ ਲੱਗੀ ਹੁੰਦੀ ਸੀਗੀ ਹਾਂਜੀ ਅਤੇ ਉਹ ਆਦਤਾਂ ਪਈਆਂ ਹੋਈਆਂ ਨੇ ਵੀ ਯਾਰ ਤਨਖਾਹ ਤਾਂ ਸੇਵ ਕਰਨ ਵਾਸਤੇ ਇਹ ਖਾਤੇ 'ਚੋਂ ਪੈਸਾ ਨਹੀਂ ਕਢਾਉਣਾ ਗਾ ਜਿੰਨਾ ਸਿਸਟਮ ਚਲਾਉਣਾ ਜਿੰਨੇ ਜਾਇਜ਼ ਨਜਾਇਜ਼ ਖਰਚੇ ਕਰਨੇ ਆ ਜੋ ਘਰ ਦੇ ਖਰਚੇ ਨੇ ਜੋ ਇੱਧਰ ਦੇ ਨੇ ਬਾਹਰਲੇ ਨੇ ਉਹ ਸਭ ਰਿਸ਼ਵਤ ਨਾਲ ਹੀ ਹੋਣੇ ਨੇ ਹੁਣ ਉਹ ਆਦਤਾਂ ਜਿਹੜੀਆਂ ਉਹਨਾਂ ਦੇ ਖੂਨ 'ਚੋਂ ਕੱਢਣੀਆਂ ਨੇ ਮਤਲਬ ਵੀ ਡੋਂਟ ਹੈਵ ਅ ਡਾਇਲਸਿਸ ਮਸ਼ੀਨ ਕਿ ਜਿਹਦੇ 'ਚ ਅਸੀਂ ਬੰਦੇ ਨੂੰ ਲਾ ਦਈਏ ਅਤੇ ਉਹ 'ਚ ਕਹੀਏ ਕਿ ਯਾਰ ਇਹਦੀ ਜਿਵੇਂ ਕਿਡਨੀ ਕੰਮ ਨਹੀਂ ਕਰਦੀ ਤਾਂ ਅਸੀਂ ਬਲੱਡ ਨੂੰ ਸਾਫ਼ ਕਰ ਦਿੰਦੇ ਅਤੇ ਅਸੀਂ ਕਹੀਏ ਇਹਦੀ ਬਲੱਡ ਨੂੰ ਲਾ ਦਿਓ ਨਾਲ ਅਤੇ ਜਿਹੜੀ ਕਰਪਸ਼ਨ ਉਹ ਡਾਇਲਸਿਸ ਮਸ਼ੀਨ ਬਾਹਰ ਕੱਢ ਦੇ ਉਹ ਤਾਂ ਹੈ ਨਹੀਂ ਗਾ ਸੋ ਇਹ ਸਿਸਟਮ ਜਦੋਂ ਠੀਕ ਹੋਊਗਾ ਇਹ ਸਿਸਟਮ ਹੀ ਡਾਇਲਸਿਸ ਮਸ਼ੀਨ ਬਣੂਗਾ ਹੁਣ ਤੁਸੀਂ ਕੋਈ ਪਟਵਾਰੀ ਪੈਸੇ ਮੰਗ ਲਏ ਸਾਡੇ ਬੰਦੇ ਪਟੱਕਦੇ ਨੇ ਵੀਡੀਓ ਬਣਾ ਦਿੰਦੇ ਆ ਪਾ ਦਿੰਦੇ 10,000 ਤੂੰ ਪੈਸੇ ਕਿਸ ਹਿਸਾਬ 'ਤੇ ਮੰਗਦਾ ਅੱਜ ਕਿਸੇ ਕੋਈ ਅਫਸਰ ਕਹਿ ਦੇ ਕਿ ਮੇਰੀ ਆਡੀਓ ਜਾਂ ਵੀਡੀਓ ਕਰਪਸ਼ਨ 'ਤੇ ਲੀਕ ਹੋ ਜੂਗੀ ਤਾਂ ਮੈਂ ਬਚੂੰਗਾ ਇੱਕ ਵੀ ਕਹਿ ਦੇ ਅਤੇ ਜਦਕਿ ਅੱਗੇ ਕਿਸੇ ਨੂੰ ਡਰ ਹੀ ਨਹੀਂ ਹੁੰਦਾ ਸੀ ਅੱਗੇ ਕਿਉਂਕਿ ਉਹ ਕਹਿੰਦੇ ਵੀ ਰਾਜਾ ਅਤੇ ਵਜ਼ੀਰ ਦੋਨੇ ਰਲੇ ਹੁੰਦੇ ਸੀਗੇ ਪਰ ਹੁਣ ਗੱਲ ਉਹੀ ਹੈ ਨਾ ਹੁਣ ਉਹੀ ਮੋਬਾਈਲ ਦਫ਼ਤਰਾਂ ਤੋਂ ਬਾਹਰ ਰਖਵਾਤੇ ਜੀ ਕਹਿੰਦੇ ਹੁਣ ਤੁਸੀਂ ਮੋਬਾਈਲ ਨਹੀਂ ਲੈ ਕੇ ਜਾ ਸਕਦੇ ਅੰਦਰ ਅਤੇ ਆਫ ਦਾ ਰਿਕਾਰਡ ਜਦੋਂ ਅਸੀਂ ਪੁੱਛਦੇ ਹਾਂ ਕਈ ਅਫਸਰਾਂ ਨੂੰ ਅਫਸਰਾਂ ਨਾਲ ਗੱਲ ਹੁੰਦੀ ਹੈ ਵੀ ਕਰਪਸ਼ਨ ਘਟੀ ਕਿਉਂ ਨਹੀਂ ਜਾਂ ਕਰਪਸ਼ਨ ਹੈਗੀ ਹੈ ਕਿ ਉਹ ਫਿਰ ਉਹਨਾਂ ਦਾ ਇੱਕ ਜਵਾਬ ਹੁੰਦਾ ਜੀ ਇਹ ਕਰਪਸ਼ਨ ਪੋਲੀਟੀਕਲ ਕਰਪਸ਼ਨ ਹੈ ਜੀ ਕਈ ਅਫਸਰ ਔਨ ਦਾ ਰਿਕਾਰਡ ਨਹੀਂ ਬੋਲਦੇ ਆਫ ਦਾ ਰਿਕਾਰਡ ਇਹ ਕਹਿੰਦੇ ਆ ਕਿ ਜੀ ਸਾਨੂੰ MLA ਨੂੰ ਜਾਂ ਸਾਨੂੰ ਪੋਲੀਟੀਕਲ ਪਾਵਰਸ ਨੂੰ ਕੱਟ ਦੇਣਾ ਪੈਂਦਾ ਅਤੇ ਉਹਦੇ ਵਿੱਚ ਕਰਕੇ ਅਸੀਂ ਕਰਪਸ਼ਨ ਕਰਦੇ ਹਾਂ ਅਤੇ ਹਰ ਥਾਂ 'ਤੇ ਇੱਕ ਕੱਟ ਬਣਿਆ ਹੋਇਆ ਉਹ ਪੂਰੀ ਚੇਨ ਦੱਸਦੇ ਆ ਔਨ ਦਾ ਰਿਕਾਰਡ ਕੋਈ ਆ ਕੇ ਦੱਸਣ ਦੀ ਤਿਆਰ ਨਹੀਂ ਹੁੰਦਾ ਇਹੋ ਜਿਹੀਆਂ ਗੱਲਾਂ ਪਹਿਲਾਂ ਵੀ ਸੀਗੀਆਂ ਅੱਜ ਵੀ ਚੱਲ ਰਹੀਆਂ ਉਹ ਜਿਹੜਾ ਇਹ ਹੈ ਨਾ ਕਿ ਪੋਲੀਟੀਕਲ ਕਰਪਸ਼ਨ ਦੀ ਜਿਹੜੀ ਗੱਲ ਆਉਂਦੀ ਹੈ ਕਿ ਜੀ ਪੋਲੀਟੀਕਲ ਪਾਰਟੀ ਹੈ ਕੋਈ ਜਿਹੜੀ ਪਾਵਰ ਦੇ ਵਿੱਚ ਉਹਦੇ ਜਿਹੜੇ ਨੁਮਾਇੰਦੇ ਆ ਚਾਹੇ ਬਲਾਕ ਪੱਧਰ 'ਤੇ ਹੋਣ ਜ਼ਿਲ੍ਹਾ ਪੱਧਰ 'ਤੇ ਹੋਣ ਜਾਂ ਸੂਬੇ ਪੱਧਰ 'ਤੇ ਹੋਣ ਜੇ ਉਹ ਆਪਦੇ ਟੈਂਡਰਸ ਦੇ ਵਿੱਚੋਂ ਕੱਟ ਮੰਗਣਗੇ ਜਾਂ ਇਹੋ ਜਿਹੀਆਂ ਕੁਛ ਚੱਲਦੇ ਆ ਇਹੋ ਜਿਹੀਆਂ ਗੱਲਾਂ ਹੁੰਦੀਆਂ ਤਾਂ ਉਹਨਾਂ 'ਤੇ ਕਾਰਵਾਈ ਹੋ ਰਹੀ ਹੈ ਉਹਨਾਂ 'ਤੇ ਕਿੰਨੇ ਕੁ ਲੋਕਾਂ 'ਤੇ ਕਾਰਵਾਈ ਹੋਈ ਹੈ ਸਵਾਲ ਇੱਥੇ ਆਉਂਦਾ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਕਰਪਸ਼ਨ ਲੋਕਾਂ ਲਈ ਸਿਰਫ ਅਫਸਰਾਂ ਦੀ ਨਹੀਂ ਕਿਉਂਕਿ ਅਫਸਰਾਂ ਕੋਲ ਇਹ ਬਹਾਨਾ ਹੈ ਕਿ ਜੀ ਪੋਲੀਟੀਕਲ ਕਰਪਸ਼ਨ ਹੁੰਦੀ ਹੈ ਅਤੇ ਇਹਨੂੰ ਤੁਸੀਂ ਕਿਵੇਂ ਸਮਝਦੇ ਹੋ ਕਿ ਇਹ ਘਟੀ ਹੈ ਪੰਜਾਬ ਦੇ ਵਿੱਚ ਜਾਂ ਇਹਦੇ ਵਿੱਚ ਖਤਮ ਹੋ ਗਈ ਜਾਂ ਉਨੀ ਕੁ ਹੈ ਜਾਂ ਪੋਲੀਟੀਕਲ ਲੋਕ ਵੀ ਗਲਤ ਹੈਗੇ ਆ ਇਹ ਨਾ ਜੀ ਦੇਖੋ ਇਹ ਬੇਸਿਕਲੀ ਇੱਕ ਐਕਸਕਿਊਜ਼ ਆ ਕਰਪਸ਼ਨ ਕਰਨ ਦਾ ਹਮੇਸ਼ਾ ਇੱਕ ਐਕਸਕਿਊਜ਼ ਬਣਾਇਆ ਜਾਂਦਾ ਜਾਣ ਬੁੱਝ ਕੇ ਘੜਿਆ ਐਕਸਕਿਊਜ਼ ਹੁੰਦਾ ਉਹ ਕਿ ਤੁਸੀਂ ਪੈਸੇ ਕਿਉਂ ਲੈ ਰਹੇ ਹੋ ਜੀ ਉਹ ਕਹਿੰਦਾ ਜੀ ਐਕਸਪਲੇਨ ਕਰਦੇ ਨੇ ਜਿਹੜਾ ਤੁਸੀਂ ਕੁਛ ਐਕਸਪਲੇਨ ਕੀਤਾ ਅਤੇ ਬਟ ਐਕਚੁਲੀ ਇਹ ਹੁੰਦਾ ਸੀ ਅਤੇ ਉਹ ਸੇਮ ਐਕਸਕਿਊਜ਼ ਉਹ ਚਲਾਉਣਾ ਚਾਹੁੰਦੇ ਨੇ ਕਿ ਹੁਣ ਵੀ ਅਸੀਂ ਸੇਮ ਐਕਸਕਿਊਜ਼ ਚਲਾ ਦਈਏ ਅਤੇ ਉਹ ਚੱਲ ਨਹੀਂ ਰਿਹਾ ਗਾ ਜੋ ਚੱਲ ਉਹਨਾਂ ਨੂੰ ਪਤਾ ਕਿ ਜੇ ਅਸੀਂ ਇਹ ਬਲੰਟਲੀ ਜਾ ਕੇ ਕਿਸੇ ਦਾ ਨਾਂ ਨਹੀਂ ਲੈ ਸਕਦੇ ਜਾਂ ਕਿਸੇ ਨੂੰ ਕਹਿ ਨਹੀਂ ਸਕਦੇ ਅਤੇ ਇਹ ਸਾਡਾ ਐਕਸਕਿਊਜ਼ ਚੱਲਣਾ ਨਹੀਂ ਗਾ ਤਾਂ ਕਰਕੇ ਉਹ ਕਹਿੰਦੇ ਜੀ ਅਸੀਂ ਤਾਂ ਆਫ ਦੀ ਰਿਕਾਰਡ ਦੱਸ ਸਕਦੇ ਉੱਦਾਂ ਨਹੀਂ ਦੱਸ ਸਕਦੇ ਠੀਕ ਹੈ ਜੀ ਹੁਣ ਤੁਸੀਂ ਉਹਨਾਂ ਨੂੰ ਕੀ ਕਹੋਗੇ ਨਹੀਂ ਜੀ ਔਨ ਦਾ ਰਿਕਾਰਡ ਆ ਕੇ ਦੱਸੋ ਅਤੇ ਔਨ ਦਾ ਰਿਕਾਰਡ ਦੱਸ ਨਹੀਂ ਸਕਦੇ ਝੂਠ ਔਨ ਦਾ ਰਿਕਾਰਡ ਬੋਲਣਾ ਹੁਣ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਆਪਾਂ ਔਨ ਦਾ ਰਿਕਾਰਡ ਕਰ ਰਹੇ ਹਾਂ ਜੀ ਆਪਾਂ ਕੀ ਗੱਲ ਕੱਲ੍ਹ ਇਸ ਗੱਲ ਤੋਂ ਮੁੱਕਰ ਜਾਵਾਂਗੇ ਬਿਲਕੁਲ ਨਹੀਂ ਮੁੱਕਰ ਸਕਦੇ ਹੁਣ ਔਨ ਦਾ ਰਿਕਾਰਡ ਉਹ ਆ ਕੇ ਦੱਸਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਕੋਲ ਉਹ ਗੱਲ ਸੱਚ ਨਹੀਂ ਹੈਗੀ ਅਤੇ ਐਕਸਕਿਊਜ਼ ਇਹ ਬਣਾਇਆ ਜਾਂਦਾ ਜੀ ਪੋਲੀਟੀਕਲ ਆ ਪੋਲੀਟੀਕਲ ਆ ਪੋਲੀਟੀਕਲ ਆ ਜੋ ਕਿ ਹੁੰਦਾ ਸੀ ਨੋ ਡਾਊਟ ਮੈਨੂੰ ਯਾਦ ਆ
संगत दर्शन से वड्डे बादल साहब का, तो उन्होंने किसी ने कहा पटवारियों ने बहुत अत मचाई भी है, बहुत पैसे लेंदे आ। तो बादल साहब ने यह की कहना सीगा भी दस कौन लेंदा ते आपां टंगीए। उल्टा कहिंदे ओ भाई इन्हां दा ख्याल रख्या करो, जे असीं ना मैं ना इन्हां दा ख्याल रखा तो सुखबीर वाली मनप्रीत नाँ तो मनप्रीत वाली सुखबीर के नाँ कर देन। दिस इज वट ही सैड बीइंग अ सीएम ऑफ पंजाब। तो जे वह मुख्यमंत्री वह कह रहा कि अज मानसा वे गल कह देंगे भी भाई ख्या इन्हों का ख्याल रखना पैंता भी ज्ञान मान वाली मेरे नाना कर दें तो मा ग्या मेरी ज्ञान मान के नाना कर दें कह देंगे अजय। सो एक्चुअली जो थॉट प्रोसैस आ जो थोड़ा बेंट ऑफ माइंड आ डिपेंड करता जो सीएम सोचता स्टेट उदा ही चलूगी। हुण जदों प्रकाश सिंह बादल जी ने यह गल कहती सी तो किन्ने पटवारियों किन्ने अफसरों शह मिल गई होनी है कि यार ये तो पता ही आ बादल साहब नूं पता ही आपां नूं की फर्क पैंदा। तो हुण कोई कह के दिखावे कि जी मैं लैने एक बंदा भी बजदा दिखा दे तुसीं, ते तुसीं जिहड़े नवें मुंडे भर्ती कीते आ जिहड़ी इह भर्ती होई है ना जी सरकारां दे विच इह बहुत मतलब सरकारी चहेते बंदे भर्ती होए ने। मैं थानूं नां लै के दसां तो साढ़े नाल जिहड़े मुंडे पढ़दे सी किहड़े भर्ती हो गए ते किहड़े रह गए, ते उह भर्ती होई वी आ ते उहनां दी आदत जो जे वह करप्शन करते हैं तो मैंने लगता दे लैके लगे हो जोड़े अज मुंडे भर्ती हो रहे हैं अच्छ कुड़ियाँ भर्ती हो रही ने साड़िया जो कुछ दे लैके लगे ही नहीं तो कि मूँह किसी कह देंगे कि नहीं तो जो अफसर लगता सगा वह पहले कह के लगता मैं तो जी करोड़ रुपया दे के आया तो मैं तो इन्ने पूरे करने हैं तो मेरे वर्गा देने वाला भी कह दिता सी यार दे के आया होगा हूँ असं की कर सकते हैं भी जिन्होंने ये करोड़ दी बैठा वो अभी जाके 100 रुपया नहीं देते जी 100 रुपया देने जोगे इनू हो तो फिर सानू कहन दी की लोड़ आ। मतलब करप्शन जिहड़ी वड्डे लैवल ते हुंदी सी जिथों जड़ बणदी आ करप्शन दी ओह तुसीं कहिंदे हो कि आम आदमी पार्टी ने ओह खत्म करती खत्म करती। कोई SSP लग रहा कोई बदली हो रही कोई ओह लग रहा इट इज़ क्वाइट फेयर। कोई नहीं कह सकता कि मैं जी दे के लग्या तो अगे हरेक बंदा दे के लगता हूँ रेट होंगे सी जीरकपुर के तहसीलदार का रेट होंदा सी ठीक है जी मोहाली च की लगना तुसी पटवारी लगना रेट हुंदा सी टीचर मोहाली च लगना की रेट हुंदा सी रेट हुंदे सी। मैं कहना अज कोई रेट कढ के दिखाओ कि आ रेट है। अच्छा दूजी गल तुहानू लोग कह देणगे बहुत करप्शन चलती है जी आ कलदी आ एक बदली पैसे दे के करा के दिखा दो तुसी एक बदली करा के दिखा दो लगना लगाउणा दूर दी गल। मतलब पंजाब दी सरकार जिहड़ी गल कर रही है करप्शन दी उहदे ते काम हो रहा ते जे हजे लोकां नूं नहीं दिख रहा ते हो सकदा फिर साल दो साल दे विच दिख जाए दिखण लगूगा जी। ये तुहानू असीं ये कह के आए हैं कि असीं पहली वारी हाथ जोड़ के वोट मंगदे हुंदे आ दूजी वारी असीं वोट मंगदे हुंदे आ भी असीं काम कीता तां सानूं पा दिओ नहीं भाई जिहने कीता उहनूं पा दिओ। तुसीं दिल्ली भी एवें होया जी दिल्ली भी एवें होया इत्थे भी असीं एवें करांगे ते तुसीं देखिओ ये गल कह के असीं जदों वोट मंगांगे ते कोई भी पार्टी हो रही कहन जोगी नहीं होगी भी भाई जे असीं आपदे सरकार 'च काम कीता तां सानूं पा दिओ जे इन्हां ने कीता तां इन्हां नूं पा दिओ। तुसीं लोक सभा दे विच ਕਿਹੜੇ ਕਿਹੜੇ ਮੁੱਦਿਆਂ ਤੇ ਵੋਟਾਂ ਮੰਗੋਗੇ? ਦੇਖੋ ਜੀ ਅਸੀਂ ਜਿਹੜਾ ਲੋਕ ਸਭਾ ਬੇਸਿਕਲੀ ਇਹ ਸੈਂਟਰ ਦਾ ਇਲੈਕਸ਼ਨ ਹੈ ਜੀ ਸਟੇਟ ਦਾ ਇਲੈਕਸ਼ਨ ਨਹੀਂ ਹੈਗਾ। ਅਸੀਂ ਤਾਂ ਸਟੇਟ ਨੂੰ ਰੀਪ੍ਰੈਜ਼ੈਂਟ ਕਰਨਾ ਹੁਣ ਜਿੱਦਾਂ ਸਾਡੇ ਪਿੰਡਾਂ ਦੀਆਂ ਸੜਕਾਂ ਦਾ ਮੰਡੀਆਂ ਦਾ ਜਿਹੜਾ ਹਾਲਤ ਆ ਉਹ ਬਹੁਤੇ ਮਤਲਬ ਇਨਫਰਾਸਟ੍ਰਕਚਰ ਵਾਈਜ਼ ਅੱਛੇ ਨਹੀਂ ਹੈਗੇ ਸੜਕਾਂ ਟੁੱਟ ਰਹੀਆਂ ਨੇ ਜਿੱਦਾਂ ਸੈਂਟਰ ਨੇ ਸਾਡਾ ਫੰਡ ਰੋਕਿਆ ਹੋਇਆ ਉਹ ਫੰਡ ਜੇ ਪੰਜਾਬ ਨੂੰ ਮਿਲ ਜੇ ਤਾਂ ਓਬਵੀਅਸਲੀ ਉਹ ਡਿਵੈਲਪਮੈਂਟ ਨਜ਼ਰ ਆਊਗੀ ਉਹਦੇ ਨਾਲ ਸਰਕਾਰ ਦਾ ਅਕਸ ਸੁਧਰੂਗਾ ਉਹਨਾਂ ਨੇ ਰੋਕਿਆ ਹੋਇਆ। ਇਵੇਂ ਇਹਨਾਂ ਨੇ ਮਤਲਬ ਸਟੈਪ ਬਾਏ ਸਟੈਪ ਘੱਟੋ ਘੱਟ 5000 ਕਰੋੜ ਤੋਂ ਸ਼ੁਰੂ ਕਰਕੇ 50000 ਕਰੋੜ ਤੱਕ ਇਹਨਾਂ ਨੇ ਰੋਕ ਲਿਆ ਜਿਹਦੇ ਕਰਕੇ ਸਾਡੀ ਸਰਕਾਰ ਦੀ ਉਹ ਆਊਟਪੁੱਟ ਨਹੀਂ ਆ ਰਹੀ ਬਿਕੋਜ਼ ਫਾਈਨੈਂਸ਼ੀਅਲਸ ਆਰ ਦਾ ਬੈਕਬੋਨ ਆਫ ਗਵਰਨਮੈਂਟ ਅਤੇ ਉਹਦੇ ਕਰਕੇ ਅਸੀਂ ਉਹਨਾਂ ਮੁੱਦਿਆਂ ਨੂੰ ਲੈ ਕੇ ਅਸੀਂ ਉਹ ਉਹਨਾਂ 'ਤੇ ਕੰਮ ਕਰਕੇ ਉਹ ਫੰਡਸ ਲਿਆ ਕੇ ਜਿਹੜੇ ਸਾਡੇ ਰਾਈਟਸ ਬਣਦੇ ਨੇ ਉਹ ਅਸੀਂ ਪੂਰੇ ਕਰਕੇ ਅਤੇ ਪੰਜਾਬ ਨੂੰ ਸਟਰੈਂਥਨ ਕਰਾਂਗੇ। ਹੁਣ ਜਦੋਂ ਲੋਕ ਸਭਾ ਵਾਸਤੇ ਵੋਟਾਂ ਮੰਗਣ ਜਾਣਾ ਤੁਸੀਂ ਤੁਹਾਨੂੰ ਕੀ ਲੱਗਦਾ ਕਿਹੜੇ ਚੈਲੇਂਜਸ ਆਉਣਗੇ? ਦੇਖੋ ਜੀ ਚੈਲੇਂਜਸ ਤਾਂ ਇਹ ਆਉਣਗੇ ਕਿ ਜੋ ਅਸੀਂ 2 ਸਾਲਾਂ ਦੇ ਵਿੱਚ ਕੀਤਾ ਉਹ ਸਾਨੂੰ ਦੱਸਣਾ ਪਏਗਾ ਵੀ ਅਸੀਂ ਕੀ ਕਰਕੇ ਆਏ ਹਾਂ 2 ਸਾਲਾਂ ਦੇ ਵਿੱਚ ਜੀ ਅਗਲੇ 3 ਸਾਲਾਂ ਦੇ ਵਿੱਚ ਅਸੀਂ ਕੀ ਕਰਨ ਜਾ ਰਹੇ ਹਾਂ ਇਹ ਗੱਲ ਕਲੀਅਰ ਕਰਨੀ ਪਊਗੀ।
ਅੱਜ ਕੱਲ ਉਹ ਸਿਸਟਮ ਨਹੀਂ ਹੈਗਾ ਕਿ ਜਿੱਦਾਂ ਇਸ ਪਿੰਡ ਦੇ ਚੁਰਾਏ ਤੇ ਕੋਈ ਹੋਰ ਬਿਆਨ ਦੇ ਦਿਓ, ਦੂਸਰੇ ਪਿੰਡ ਦੇ ਚੁਰਾਏ ਤੇ ਕੋਈ ਹੋਰ ਬਿਆਨ ਦੇ ਦਿਓ। ਅੱਜ ਦੀ ਪੋਲੀਟੀਕਲ ਸਿਸਟਮ ਨੂੰ ਇਹ ਸਮਝਣਾ ਪਊਗਾ ਕਿ ਜੋ ਸਾਨੂੰ ਪਤਾ ਉਦੋਂ 10 ਗੁਣਾ ਵੱਧ ਪਬਲਿਕ ਨੂੰ ਪਤਾ। ਬਿਲਕੁਲ ਹਾਂਜੀ ਬਿਲਕੁਲ। ਵਟ ਵੀ ਆਰ ਡੂਇੰਗ ਇਜ਼ ਕਿ ਵੀ ਆਰ ਜਸਟ ਜਸਟੀਫਾਈਂਗ ਇਟ ਕਿ ਹਾਂਜੀ ਜੋ ਤੁਹਾਨੂੰ ਪਤਾ ਇਹਦੀ ਟਾਈਮ ਲਾਈਨ ਆਹ, ਇਹ ਕੰਮ ਨੇ ਇਸ ਤਰ੍ਹਾਂ ਹੋਣਾ, ਇਹਦਾ ਪ੍ਰੋਸੀਜਰ ਆ ਅਤੇ ਲੋਕ ਸਮਝਦੇ ਵੀ ਨਹੀਂ ਅੱਜ ਕੱਲ੍ਹ। ਮੈਨੂੰ ਯਾਦ ਆ ਸ਼ਾਇਦ ਮੇਰੀ ਇੱਕ ਰਿਕਾਰਡਡ ਸਪੀਚ ਹੋਊਗੀ, ਮੈਂ ਤਿੰਨੇ ਫਾਰਮ ਬਿੱਲ ਰੇਲਵੇ ਲਾਈਨ ਦੇ ਉੱਤੇ ਖੜ੍ਹ ਕੇ ਸਮਝਾਏ ਸੀ। ਮੈਨੂੰ ਲੱਗ ਗਈ ਸੀ ਇਸ ਗੱਲ 'ਤੇ ਕੋਈ 1.5 ਘੰਟਾ, ਅਤੇ ਮੈਨੂੰ ਐਂ ਲੱਗਦਾ ਵੀ ਉਸ ਆਡੀਅੰਸ ਦੇ ਵਿੱਚ, ਉਸ ਪਬਲਿਕ ਦੇ ਵਿੱਚ, ਉਹਨਾਂ ਲੋਕਾਂ ਦੇ ਵਿੱਚ ਸਮਝਣ ਦੀ ਭਾਵਨਾ ਸੀ, ਬਟ ਉਹਨਾਂ ਨੂੰ ਅੰਗਰੇਜ਼ੀ 5% ਨੂੰ ਵੀ ਨਹੀਂ ਆਉਂਦੀ ਸੀ, ਬਟ ਦੈਨ ਆਲਸੋ ਦੇ ਅੰਡਰਸਟੂਡ ਇਟ, ਅਤੇ ਉਹ ਉਹਨਾਂ ਨੇ ਮਤਲਬ ਇੱਕ ਮੋਰਲੀ ਉਹਨਾਂ ਨੂੰ ਮਿਲਿਆ ਅਤੇ ਉਹ ਅੱਗੇ ਚੱਲੇ। ਅਤੇ ਇਵੇਂ ਲੋਕ ਸਮਝਣਗੇ, ਅਤੇ ਲੋਕਾਂ ਨੂੰ ਜਿਹੜਾ ਮਤਲਬ ਅਕਾਲੀ ਦਲ ਖਿਆਲ ਪਾਲੀ ਬੈਠਾ ਜਾਂ BJP ਖਿਆਲ ਪਾਲੀ ਬੈਠੀ ਵੀ ਸੀ ਲੋਕਾਂ ਨੂੰ ਬੇਵਕੂਫ ਬਣਾ ਕੇ ਵੋਟਾਂ ਲੈ ਲਾਂਗੇ, ਉਹ ਜ਼ਮਾਨਾ ਗਿਆ, ਉਹ ਲੰਘ ਗਿਆ। ਉਹ ਤਾਂ ਹੁਣ ਜਵਾਕ ਵੀ ਨਾ ਜਿਹੜੇ ਜੀ, ਉਹਨਾਂ ਨੂੰ ਵੀ ਸ਼ਾਇਦ ਮੈਨੂੰ ਐਂ ਲੱਗਦਾ ਵੀ ਜ਼ਿਆਦਾ ਨੌਲੇਜ ਆ, ਜਿਹੜੇ ਲੀਡਰ ਬੇਵਕੂਫ ਨਹੀਂ ਬਣਾ ਸਕਦੇ। ਅਤੇ ਜਿਹੜੇ ਇਲਾਕੇ ਤੋਂ ਤੁਸੀਂ ਇਸ ਵਾਰੀ ਲੋਕ ਸਭਾ ਚੋਣਾਂ ਦੀ ਤਿਆਰੀ ਕਰ ਰਹੇ ਹੋ, ਉੱਥੋਂ ਦਾ ਮੁੱਖ ਕਿੱਤਾ ਖੇਤੀ ਹੈ, ਉੱਥੋਂ ਦੇ ਲੋਕ ਖੇਤੀ ਨਾਲ ਜੁੜੇ ਹੋਏ ਆ ਜ਼ਿਆਦਾ, ਅਤੇ ਹੁਣ ਕਿਸਾਨੀ ਅੰਦੋਲਨ ਜਿਹੜੇ ਤਰੀਕੇ ਨਾਲ ਚੱਲ ਰਿਹਾ, ਲੱਗਦਾ ਕਿ ਲੋਕ ਸਭਾ ਦੀਆਂ ਚੋਣਾਂ 'ਤੇ ਵੀ ਪ੍ਰਭਾਵ ਪਾਊਗਾ? ਓਬਵੀਅਸਲੀ ਸਾਡੀ ਜਿਹੜੀ ਰੀਜਨ ਆ ਉਹ ਬੇਸਿਕਲੀ ਐਗਰੀਕਲਚਰਿਸਟ ਇਕਾਨਮੀ ਆ ਜੀ, ਮਤਲਬ ਸਾਡੀ ਸੋਚ ਖੇਤੀ ਤੋਂ ਸ਼ੁਰੂ ਹੁੰਦੀ ਆ, ਆੜ੍ਹਤੀ ਦੁਕਾਨ ਤੱਕ ਜਾਂਦੀ ਆ, ਅਤੇ ਜੇ ਕੋਈ ਬਹੁਤਾ ਹੀ ਬਿਜ਼ਨਸ ਮਾਈਂਡਡ ਬੰਦਾ ਹੁੰਦਾ ਤਾਂ ਉਹ ਸ਼ੈਲਰ ਲਾ ਲੈਂਦਾ। ਤਾਂ ਸਾਡੇ ਫੈਕਟਰੀਆਂ ਵਗੈਰਾ ਘੱਟ ਨੇ ਜਾਂ ਪ੍ਰੋਪਰਟੀ ਦੇ ਉਹ ਰੇਟ ਨਹੀਂ ਹੈਗੇ ਜੋ ਹੋਰ ਬਿਜ਼ਨਸ 'ਚ ਕੁਛ ਹੋ ਜਾਵੇ। ਅਤੇ ਇਹ ਜਿਹੜਾ ਐਗਰੀਕਲਚਰ ਦਾ ਮੁੱਦਾ ਹੈਗਾ, ਇਹਨੂੰ ਓਬਵੀਅਸਲੀ ਵੇਟੇਜ ਦਿੱਤੀ ਜਾਣੀ ਆ, ਅਤੇ ਉੱਥੇ ਇਹ ਚੀਜ਼ਾਂ ਡਿਸਕਸ ਹੋਣੀਆਂ ਨੇ, ਅਤੇ ਇਹਨਾਂ ਨੂੰ ਅਚੀਵ ਕਰਨ ਦੇ ਵਿੱਚ ਸਾਨੂੰ ਸਹਾਈ ਹੋਣਾ ਪੈਣਾ ਜੀ। ਸੋ ਦੈਟ ਹੈਜ਼ ਟੂ ਬੀ ਪ੍ਰੋਮਿਸਡ, ਅਤੇ ਉੱਥੇ ਉਹ ਗੱਲ ਕਰਨੀ ਬਣੂਗੀ। ਅਤੇ ਅਸੀਂ ਕੀਤੀ ਵੀ ਆ, ਅਸੀਂ ਪਿਛਲੇ ਕਿਸਾਨ ਅੰਦੋਲਨ ਵਿੱਚ ਵੀ ਜਦੋਂ ਅਸੀਂ ਗਏ ਸੀਗੇ, ਮਤਲਬ ਟਰਾਲੀ ਟਾਈਮਸ ਤੁਸੀਂ ਸੁਣਿਆ ਹੋਊਗਾ ਜੀ, ਹਾਂਜੀ, ਉੱਥੇ ਬਾਥਰੂਮ ਅਰੇਂਜ ਕਰਨੇ, ਮੈਡੀਸਿਨਸ ਦੇਣੀਆਂ, ਲੰਗਰ ਦਾ ਪ੍ਰਬੰਧ, ਕੋਈ ਸਪੈਸ਼ਲ ਨੀਡਸ ਆ ਕਿਸੇ ਨੂੰ ਉਹ ਪੂਰੀਆਂ ਕਰਨੀਆਂ, ਮੈਂ ਉਦੋਂ ਵੀ ਆਪ ਕਰਦਾ ਰਿਹਾ ਜੀ। ਬਾਕੀ ਮੇਰੇ ਹਲਕੇ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਫਲੱਡਸ ਆਏ ਸੀ ਜਾਂ ਕਿਤੇ ਵੀ ਪਟਿਆਲੇ ਫਲੱਡਸ ਆਏ ਸੀ, ਉਹਨਾਂ 'ਚ ਅਸੀਂ ਕੰਮ ਕਰਦੇ ਰਹੇ ਹਾਂ ਆਪ। ਜਿੱਥੇ BSF ਕਹਿੰਦੀ ਸੀਗੀ ਕਿ ਤੁਹਾਨੂੰ ਜਾਣ ਨਹੀਂ ਦਿੱਤਾ ਜਾ ਸਕਦਾ, ਉਹਨਾਂ ਨੇ ਤਾਂ ਕੀ ਬਚਣਾ, ਤੁਸੀਂ ਵੀ ਮਰੋਗੇ। ਸੋ ਵੀ ਹੈਵ ਬਿਨ ਟੂ ਦੋਜ਼ ਪਲੇਸਿਸ, ਅਤੇ ਅਸੀਂ ਮੈਨੂੰ ਹਲਕੇ ਦੇ ਵਿੱਚ ਕੋਈ ਵਿਚਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਕਿਉਂਕਿ ਜਿੰਨੀਆਂ ਆਮ ਕਿਸੇ ਬੰਦੇ ਦੀਆਂ ਵੋਟਾਂ ਹੁੰਦੀਆਂ ਉਨੀਆਂ ਤਾਂ ਸਾਡੀਆਂ ਉਸ ਏਰੀਏ 'ਚ ਰਿਸ਼ਤੇਦਾਰੀਆਂ ਨੇ, ਅਤੇ ਜਿਹੜਾ ਸਾਡਾ ਅਕਸ ਆ ਉਹ ਕੁਆਇਟ ਕਲੀਅਰ ਆ ਲੋਕਾਂ ਨੂੰ, ਕਿਉਂਕਿ ਮੈਂ ਸ਼ਾਇਦ ਉਹ ਬੰਦਾ ਜਿਹੜਾ ਜਿਹਦਾ ਧੀ ਪੁੱਤ ਕੋਈ ਵਿਗੜ ਜੇ, ਕੋਈ ਨਸ਼ੇ ਕਰਨ ਲੱਗ ਜੇ, ਅਤੇ ਲੋਕ ਮੇਰੇ ਕੋਲ ਛੱਡ ਦਿੰਦੇ ਵੀ ਚਰਨਜੀਤ ਕੋਲ ਛੱਡਿਆ ਉਹ ਤਾਂ ਠੀਕ ਹੋ ਜਾਊਗਾ। ਅਤੇ ਮੈਂ ਡੀ ਐਡਿਕਸ਼ਨ 'ਤੇ ਬੜਾ ਕੰਮ ਕੀਤਾ, ਬੜੇ ਜਵਾਕਾਂ ਦੀ ਜਾਨ ਬਚਾਈ ਆ, ਬੜੇ ਜਵਾਕਾਂ ਨੂੰ ਐਡਮਿਟ ਕਰਕੇ ਦਵਾਈ ਦਵਾ ਕੇ, ਸੋ ਇਹ ਸਾਰੇ ਮੁੱਦਿਆਂ 'ਤੇ ਮੈਂ ਕੰਮ ਕੀਤਾ ਹੋਇਆ। ਮੈਨੂੰ ਨਹੀਂ ਪਤਾ ਮੈਂ ਕਿੰਨਾ ਲੋਕਾਂ ਦਾ ਕੰਮ ਕੀਤਾ ਹੋਇਆ, ਬਟ ਲੋਕ ਮੈਨੂੰ ਜਦੋਂ ਮੈਂ ਜਾਣਾ ਤਾਂ ਮੈਨੂੰ ਪਛਾਣ ਲੈਂਦੇ ਨੇ ਵੀ ਜੀ ਤੁਸੀਂ ਉਹੀ ਹੋ। ਜੇ ਕਿਸਾਨੀ ਅੰਦੋਲਨ ਦੀ ਤੁਸੀਂ ਗੱਲ ਕੀਤੀ, ਜੇ ਹੁਣ ਕਿਸਾਨੀ ਅੰਦੋਲਨ ਉਸੇ ਲੈ 'ਤੇ ਪਹੁੰਚਦਾ, ਤੁਸੀਂ ਜਾਓਗੇ ਉੱਥੇ? ਹਾਂਜੀ, ਕਿਉਂ ਨਹੀਂ, ਅਸੀਂ ਹੁਣ ਵੀ ਜਾਂਦੇ ਹਾਂ, ਅਸੀਂ ਟੋਲ ਪਲਾਜ਼ੇ 'ਤੇ ਬੈਠੇ ਰਹੇ ਹਾਂ ਬਠਿੰਡੇ, ਲਹਿਰੇ ਦੇ ਪਰਲੇ ਪਾਸੇ ਜਿਹੜਾ ਟੋਲ ਪਲਾਜ਼ਾ ਉੱਥੇ ਬੈਠੇ ਰਹੇ ਹਾਂ, ਅਤੇ ਅਸੀਂ ਨਾਲ ਹਾਂ। ਪਰ ਅਸੀਂ ਮਤਲਬ ਕਿਸਾਨੀ ਅੰਦੋਲਨ ਨੂੰ ਇਸ ਜਕੜ ਦੇ ਵਿੱਚ ਜਾਂ ਇਸ ਗੱਲ 'ਚ ਨਹੀਂ ਲਿਆਉਣ ਦੇਵਾਂਗੇ ਕਿ ਕੋਈ ਪੋਲੀਟੀਕਲ ਪਾਰਟੀ BJP ਇਹ ਕਹਿ ਦੇ ਕਿ ਇਹ ਆਮ ਆਦਮੀ ਪਾਰਟੀ ਦਾ ਅੰਦੋਲਨ। ਇੱਕ ਹੋਰ ਸਵਾਲ ਹੈ ਮੇਰਾ ਕਿ ਜਦੋਂ ਅਸੀਂ ਦੇਖਦੇ ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਾਂਗਰਸ ਦੇ ਖਿਲਾਫ ਲੜਦੀ ਹੈ ਅਤੇ ਕਾਂਗਰਸ ਵਿਰੋਧੀ ਧਿਰ ਹੈ, ਲੋਕ ਸਭਾ ਦੇ ਵਿੱਚ ਗੱਲ ਹੁੰਦੀ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਮਿਲ ਕੇ ਚੋਣਾਂ ਲੜ ਸਕਦੇ ਹੈ, ਇੱਥੇ ਤੁਸੀਂ ਕਿਵੇਂ ਜਸਟੀਫਾਈ ਕਰੋਗੇ? ਦੇਖੋ ਜੀ, ਰਿਊਮਰਸ ਬਹੁਤ ਨੇ ਕਿ ਅਸੀਂ ਕਾਂਗਰਸ ਨਾਲ ਰਲ ਗਏ, ਕਦੇ
ਸਾਨੂੰ ਬੀਜੇਪੀ ਦੀ ਬੀ ਟੀਮ ਕਿਹਾ ਜਾਂਦਾ ਸੀਗਾ 2022 ਦੇ ਇਲੈਕਸ਼ਨ ਤੋਂ ਪਹਿਲਾਂ, ਸੁਣਿਆ ਹੋ ਸ਼ਾਇਦ ਤੁਸੀਂ, ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਆ ਜੀ, ਤੇ ਅੱਜ ਜਿਹਦੀ ਸਾਨੂੰ ਬੀ ਟੀਮ ਬਣਾਇਆ ਜਾਂਦਾ ਸੀਗਾ ਉਹੀ ਸਾਡੇ ਮੁੱਖ ਮੰਤਰੀ ਆਨਰੇਬਲ ਅਰਵਿੰਦ ਕੇਜਰੀਵਾਲ ਜੀ ਨੂੰ ਛੇਵੀਂ ਵਾਰੀ ਸੰਮਣ ਭੇਜ ਚੁੱਕੇ ਨੇ ਵੀ ਚੱਕੋ ਯਾਰ ਇਹਨੂੰ ਲੋਕ ਸਭਾ ਦੇ ਇਲੈਕਸ਼ਨ ਤੋਂ ਪਹਿਲਾਂ ਵੀ ਸਾਡਾ ਨੁਕਸਾਨ ਨਾ ਕਰ ਦੇਣ। ਉਹ ਯਾਦ ਆ ਉਹ ਬੀ ਟੀਮ ਵਾਲੇ ਦਿਨ ਜਦੋਂ ਬੀਜੇਪੀ ਦੀ ਬੀ ਟੀਮ ਹੁੰਦੇ ਸੀਗੇ, ਅੱਜ ਲੋਕ ਸਭਾ ਆਇਆ ਤੇ ਸਾਨੂੰ ਕਾਂਗਰਸ ਦੀ ਬੀ ਟੀਮ ਬਣਾਤਾ। ਸੋ ਤੁਸੀਂ ਇਹ ਜਿਹੜੇ ਇਹ ਗੱਲਾਂ ਨੇ ਨਾ ਜੀ, ਇਹ ਲੋਕ ਬਹੁਤ ਚੰਗੀ ਤਰ੍ਹਾਂ ਸਮਝਦੇ, ਤੁਸੀਂ ਦੇਖਿਓ ਕਿੱਦਾਂ ਝਾੜੂ ਫੇਰਨਗੇ ਤੇ ਇਹ ਗੱਲਾਂ ਸਾਰੀਆਂ ਕਲੀਅਰ ਕਰ ਦੇਣ। ਜਿਹੜਾ ਇੰਡੀਆ ਅਲਾਇੰਸ ਹੈ ਉੱਥੇ ਤਾਂ ਗੱਲ ਇਹੀ ਹੁੰਦੀ ਹੈ, ਕਿਆਸ ਵੀ ਇਹੀ ਲਗਾਏ ਜਾਂਦੇ ਆ ਕਿ ਆਮ ਆਦਮੀ ਪਾਰਟੀ ਨੈਸ਼ਨਲ ਲੈਵਲ ਤੇ ਜਦੋਂ ਲੜੂਗੀ ਤਾਂ ਕਾਂਗਰਸ ਦੇ ਨਾਲ ਲੜੂਗੀ। ਦੇਖੋ ਜੀ, ਕਾਂਗਰਸ ਦਾ ਸਮਰਥਨ ਕਰਨਾ ਪਿਆ ਜੇ, ਦੇਖੋ ਇਹਨਾਂ ਕਿਆਸ ਰਾਹੀਆਂ ਕਿਉਂ ਹੁੰਦੀਆਂ ਨੇ ਜੀ, ਇੱਕ ਨੈਚੁਰਲ ਹਿਊਮਨ ਬਿਹੇਵੀਅਰ ਆ, ਉਹ ਇਹ ਆ ਕਿ ਦੁਸ਼ਮਣ ਕਾ ਦੁਸ਼ਮਣ ਮੇਰਾ ਦੋਸਤ ਜੀ, ਠੀਕ ਹੈ ਜੀ। ਹੁਣ ਬੀਜੇਪੀ ਤੇ ਜੇ ਕਾਂਗਰਸ ਆਪਸ 'ਚ ਰਾਈਵਲ ਪਾਰਟੀ ਨੇ ਜੀ, ਤੇ ਇਹ ਮੰਨਿਆ ਜਾਊਗਾ ਕਿ ਅਸੀਂ ਵੀ ਬੀਜੇਪੀ ਦੇ ਅਗੇਂਸਟ ਹਾਂ, ਅਸੀਂ ਉਹਨਾਂ ਦੀ ਪੋਲਿਸੀ ਦੇ ਅਗੇਂਸਟ ਹਾਂ, ਅਸੀਂ ਉਹਨਾਂ ਦੀ ਨੀਤੀ ਦੇ ਖਿਲਾਫ ਹਾਂ, ਤੇ ਇਹ ਸਾਨੂੰ ਤਾਂ ਜੋੜਿਆ ਜਾਂਦਾ ਕਿ ਇਹ ਵੀ ਕਾਂਗਰਸ ਦੇ ਨਾਲ। ਜੇ ਮੈਂ ਇਹ ਕਹਿੰਦਾ ਵੀ ਜੇ ਬੀਜੇਪੀ ਇਲੈਕਸ਼ਨ ਦੇ ਵਿੱਚ ਵੋਟਾਂ ਦੇ ਜਿਹੜੀਆਂ ਵੀ ਉਹਨਾਂ ਨੂੰ ਸੀਟਸ ਮਿਲਦੀਆਂ ਉਹਨਾਂ ਨੂੰ ਕੰਪੀਟ ਕਰਦੀ ਹੈ ਕਾਂਗਰਸ, ਆਮ ਆਦਮੀ ਪਾਰਟੀ ਕਿਹਨੂੰ ਸਮਰਥਨ ਦੇਊਗੀ? ਅਸੀਂ ਖੁਦ ਲੜ ਰਹੇ ਹਾਂ ਜੀ, ਅਸੀਂ ਕਿਸੇ ਨੂੰ ਕਿਉਂ ਸਮਰਥਨ ਦੇਵਾਂਗੇ? ਮਤਲਬ ਆਮ ਆਦਮੀ ਪਾਰਟੀ ਨੂੰ ਜੇ ਤੁਸੀਂ ਇਹ ਸੋਚ ਰਹੇ ਹੋ ਕਿ ਪ੍ਰਧਾਨ ਮੰਤਰੀ ਤੁਸੀਂ ਆਮ ਆਦਮੀ ਪਾਰਟੀ ਤੋਂ ਬਣਾਉਣ ਦੀ ਪਲੈਨਿੰਗ ਕਰ ਰਹੇ ਹੋ, ਫਿਰ ਤਾਂ ਠੀਕ ਹੈ ਕਿ ਤੁਸੀਂ ਆਪ ਕੰਟੈਸਟ ਕਰ ਰਹੇ ਹੋ। ਜੇ ਲੱਗਦਾ ਕਿ ਜੀ ਬੀਂਗ ਆ ਰੀਜਨਲ ਪਾਰਟੀ, ਕਿਉਂਕਿ ਆਮ ਆਦਮੀ ਪਾਰਟੀ ਫਰੈਂਕਲੀ ਗੱਲ ਕਰੀਏ ਤਾਂ ਹਰ ਸਟੇਟ ਦੇ ਵਿੱਚ ਨਹੀਂ ਹੈ, ਤੇ ਜੇ ਆਮ ਆਦਮੀ ਪਾਰਟੀ, ਆਮ ਆਦਮੀ ਪਾਰਟੀ ਦੀਆਂ ਜਿੰਨੀਆਂ 20 ਸੀਟਾਂ ਹੁੰਦੀਆਂ ਉਹ ਸੀਟਾਂ ਦਾ ਸਮਰਥਨ ਕਿਹਨੂੰ ਮਿਲੂਗਾ? ਬੀਜੇਪੀ ਨੂੰ ਮਿਲੂਗਾ ਜਾਂ ਕਾਂਗਰਸ ਨੂੰ ਮਿਲੂਗਾ? ਦੇਖੋ ਜੀ, ਲੋਕਤੰਤਰ 'ਚ ਲੋਕ ਵੱਡੇ ਹੁੰਦੇ ਆ ਜੀ, ਇਫ ਬੀਜੇਪੀ ਨੂੰ ਲੋਕਾਂ ਨੇ ਵੋਟ ਪਾਤੀ, ਕਾਂਗਰਸ ਨੂੰ ਲੋਕਾਂ ਨੇ ਵੋਟ ਪਾਤੀ, ਐਕਸ ਨੰਬਰ ਆਫ ਪੀਪਲ ਨੇ ਬੀਜੇਪੀ ਨੂੰ ਵਾਈ ਤੀ, ਵਾਈ ਨੇ ਕਾਂਗਰਸ ਨੂੰ ਪਾਤੀ ਅਤੇ ਜ਼ੈਡ ਨੇ ਸਾਨੂੰ ਪਾਤੀ, ਹੁਣ ਜਦੋਂ ਗਵਰਨਮੈਂਟ ਫਾਰਮੇਸ਼ਨ ਆਊਗੀ ਜੀ ਤਾਂ ਉਦੋਂ ਇਹ ਦੇਖਿਆ ਜਾਊਗਾ ਵੀ ਲੋਕਾਂ ਨੇ ਸਮਰਥਨ ਦਿੱਤਾ ਕਿਹਨੂੰ ਆ। ਜਿਹੜਾ ਜੀ ਲੋਕਾਂ ਦਾ ਸਮਰਥਨ ਹੁੰਦਾ ਉਹਦਾ ਜ਼ਿਆਦਾ ਮੁੱਲ ਹੁੰਦਾ, ਰੈਦਰ ਦੈਨ ਤੁਹਾਡੀ ਆਪਦੀ ਈਗੋ ਪ੍ਰੋਬਲਮ ਹੋਵੇ ਜਾਂ ਤੁਹਾਡੀ ਆਪਦੀ ਕੱਟੜਪੰਥੀ ਹੋਵੇ, ਉਹ ਮੈਟਰ ਨਹੀਂ ਕਰਦਾ ਲੋਕਾਂ ਦੇ ਸਮਰਥਨ। ਲੋਕਾਂ ਨੇ ਸਮਰਥਨ ਦਿੱਤਾ ਤੁਹਾਨੂੰ ਅਗੇਂਸਟ ਬੀਜੇਪੀ, ਤਾਂ ਬੇਸ਼ੱਕ ਡਿਫਰੈਂਟ ਓਪੀਨੀਅਨ ਨੇ ਤੁਹਾਨੂੰ ਡਿਫਰੈਂਟ ਪਾਰਟੀ ਨੂੰ ਦਿੱਤਾ, ਅਤੇ ਜੇ ਅਸੀਂ ਬੀਜੇਪੀ ਦੀ ਸਰਕਾਰ ਤੋਂ ਉੱਪਰ ਹੋ ਕੇ ਸਰਕਾਰ ਬਣਾਉਣ ਦੀ ਸ਼ਮਤਾ ਰੱਖਦੇ ਹੋਵਾਂਗੇ ਅਤੇ ਸਾਡੇ ਪ੍ਰਿੰਸੀਪਲਸ ਅਤੇ ਸਾਡੇ ਬੈਂਟ ਆਫ ਮਾਇੰਡ ਦੇ ਵਿੱਚ ਜੇ ਉਹ ਗੌਰਮੈਂਟ ਚੱਲਣਾ ਚਾਹੂਗੀ ਤਾਂ ਅਸੀਂ ਸਮਰਥਨ ਦੇ ਸਕਦੇ ਹਾਂ, ਇਟ ਇਜ਼ ਨੋਟ ਕਾਂਗਰਸ, ਇਟ ਮੇ ਬੀ ਐਨੀਬਡੀ ਜੀ। ਅਸੀਂ ਇੱਥੇ ਹੁਣ ਮੇਅਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਚੰਡੀਗੜ੍ਹ ਦੇ ਵਿੱਚ, ਤੁਸੀਂ ਦੇਖਿਆ ਸਾਡੇ ਜਿਹੜੇ ਪ੍ਰਿੰਸੀਪਲਸ ਨੇ ਉਸ ਪ੍ਰਿੰਸੀਪਲਸ 'ਤੇ ਉਹ ਕੰਮ ਕਰਨਾ ਚਾਹੁੰਦੇ ਆ ਅਤੇ ਉਹ ਰਾਜ਼ੀ ਹੋਏ ਨੇ ਅਤੇ ਅਸੀਂ ਉਹਨਾਂ ਨੂੰ ਸਪੋਰਟ ਕੀਤਾ। ਦੈਨ ਆਲਸੋ ਬੀਜੇਪੀ ਨੇ ਕਿੰਨੀ ਤਾਨਾਸ਼ਾਹੀ ਕੀਤੀ ਆ, ਸੁਪਰੀਮ ਕੋਰਟ ਨੇ ਬੈਲਟ ਪੇਪਰ ਮੰਗਾਲੇ, ਤੁਸੀਂ ਦੱਸੋ ਵੀ ਅੱਜ ਤੱਕ ਕਦੇ ਕਿਸੇ ਨੇ ਬੈਲਟ ਪੇਪਰ ਮੰਗਾਏ ਸੀ? ਸੋ ਇਹ ਜਿਹੜੇ ਨਾ ਲੋਕਤੰਤਰ ਵਿੱਚ ਲੋਕ ਵੱਡੇ ਨੇ ਅਤੇ ਉਹਦੇ ਕਰਕੇ ਜਿਹੜਾ ਹਾਲਾਤ ਬਣਨਗੇ ਉਹਨਾਂ ਹਾਲਾਤਾਂ ਦੇ ਹਿਸਾਬ ਨਾਲ ਇਹ ਡਿਸਾਈਡ ਕੀਤਾ ਜਾਊਗਾ ਕਿਹਨੇ ਕਿਹਨੂੰ ਸਮਰਥਨ ਕਰਨਾ ਨਹੀਂ ਕਰਨਾ ਗਾ। ਅਸੀਂ ਕਾਂਗਰਸ ਨਾਲ ਸਮਰਥਨ ਕੀਤਾ ਸੀਗਾ, ਬਣਾਈ ਸੀ ਸਰਕਾਰ ਦਿੱਲੀ 'ਚ ਅਤੇ ਕਹਿ ਕੇ ਤੋੜੀ ਆ ਵੀ ਸਾਡੀ ਇਹਨਾਂ ਨਾਲ ਨਹੀਂ ਬਣਦੀ ਜੀ, ਦੇ ਆਰ ਨੋਟ ਅਪ ਟੂ ਆਰ ਪ੍ਰਿੰਸੀਪਲ, ਅਸੀਂ ਸਾਨੂੰ ਨਹੀਂ ਆਈ ਸਰਕਾਰ ਚਾਹੀਦੀ, ਛੱਡੀ ਆ ਅਤੇ ਲੋਕਾਂ ਨੇ ਉਦੋਂ ਵੱਧ ਸੀਟਾਂ ਦੇ ਕੇ ਅਰਵਿੰਦ ਜੀ ਨੂੰ ਦੂਜੀ ਵਾਰੀ ਫਿਰ ਮੁੱਖ ਮੰਤਰੀ ਬਣਾਤਾ। ਜੇ ਲੋਕਾਂ ਦੇ ਲਈ, ਜੇ ਪੰਜਾਬ ਦੇ ਲਈ ਜਾਂ ਪੂਰੇ ਦੇਸ਼ ਦੇ ਲਈ ਗੱਲ ਕਰੀਏ, ਜੇ ਕਿਸੇ ਨੂੰ ਸਮਰਥਨ ਦੇਣਾ ਪਿਆ ਵੀ, ਜੇ ਕਾਂਗਰਸ ਨੂੰ ਵੀ ਦੇਣਾ ਪਿਆ ਤਾਂ ਆਮ ਆਦਮੀ ਪਾਰਟੀ ਦੇਊਗੀ? ਲੋਕਾਂ ਦੇ ਲਈ ਦੇਊਗੀ ਜੀ, ਜੀ ਆਪਦੇ ਲਈ ਨਹੀਂ ਦੇਊਗੀ, ਅਸੀਂ ਸਰਕਾਰ ਬਣਾਉਣੀ ਹੈ ਅਤੇ ਆਪਣਾ ਤਖ਼ਤ ਬਣਾਉਣਾ ਅਤੇ ਲੋਕਾਂ ਨੂੰ ਛੱਡ ਦਿਓ, ਹੁਣ ਉਹਨਾਂ ਤੋਂ ਵੋਟਾਂ ਲੈਣੀਆਂ ਜੀ, ਚਲੋ ਕੋਈ ਨਹੀਂ, ਇਹ ਨਹੀਂ ਹੋਊਗਾ। ਜੇ ਲੋਕਾਂ ਦਾ ਓਪੀਨੀਅਨ ਹੋਊਗਾ ਕਿ ਯਾਰ ਬੀਜੇਪੀ ਨੂੰ ਠੀਕ ਕਰਨ ਲਈ, ਇਹਨਾਂ ਦਾ ਜਿਹੜੀ ਸੋਚ ਆ ਉਹਨੂੰ ਠੀਕ ਕਰਨ ਲਈ ਤੁਸੀਂ ਇਕੱਠੇ ਹੋ ਜਾਓ, ਤਾਂ ਓਬਵੀਅਸਲੀ ਅਸੀਂ ਲੋਕਾਂ ਤੋਂ ਬਾਹਰ ਨਹੀਂ ਗਏ। ਸਾਡੀ ਗਵਰਨਮੈਂਟ ਇਹੋ ਜਿਹੀ ਆ ਵੀ ਜੇ ਅਸੀਂ ਕੋਈ ਫੈਸਲਾ ਵੀ ਲੈਣਾ ਨਾ ਜੀ, ਅਸੀਂ ਕੋਈ ਚਿੱਠੀ ਵੀ ਜਾਰੀ ਕਰਤੀ, ਅਸੀਂ ਕੋਈ ਪੋਲਿਸੀ ਵੀ ਬਣਾ ਤੀ ਅਤੇ ਸਾਨੂੰ ਲੋਕਾਂ ਨੇ ਕਹਿ ਤਾ ਕਿ ਨਹੀਂ ਯਾਰ ਠੀਕ ਨਹੀਂ,
तो सानू कोई झिझक नहीं, असीं आपदा फैसला वापस लै लैंदे। मतलब वी आर नॉट गॉड और वी आर नॉट अबव ऑल कि साडा तां जिहड़ा फैसला ही होई है असीं वापस नहीं लैंदे। सानू लोग कुछ कही जाण, वी डोंट माइंड इट। इफ इट इज़ फॉर पब्लिक, इट इज़ बैटर फॉर पब्लिक। सानू फैसला करन च भी कोई इतराज़ नहीं, सानू वापस लैन च भी कोई इतराज़ नहीं। आखिरी सवाल, थोनू अपनी आपदी पार्टी तो किन्नी उम्मीद है? आपदी पार्टी तो उम्मीद है जी, मैं तो कदे अकाली दल नू वोट नहीं पाई, अज तक कदे मैं कांग्रेस नू वोट नहीं पाई। मैं तो जे वोट पाई है तो आम आदमी पार्टी नू पाई है, तो कम भी आम आदमी पार्टी च कीता। टिकट देऊगी तां भी ठीक, ना देऊगी तां भी कोई गल नहीं। असीं तां सिपाही हैगे, तो सिपाहियों का काम लड़ना हुंदा, चलता रहिंदा जी। इट इज़ नॉट अ सच कि असीं तां आज़ाद लड़ लाँगे जां असीं तां उह कर लाँगे, ना। वी आर बॉर्न विद एन आम आदमी पार्टी एंड वी विल डाई विद एन आम आदमी पार्टी। ये कोई दो रह नहीं गई। सो असी मंग की आ, रोया बिना तो कहते माँ भी दुध नहीं दी जी, है जी। तो मंगे बिना पार्टी किमें देगी? मंगया जी। चलो उम्मीद करते हैं कि थोनू लोग सभा की टिकट भी मिले, तो जेडे तुसी आइडिया दे नाल लोगों लई काम करन लई तुरे हो तो उस आइडिया दे नाल काम भी करो। बहुत बहुत धन्यवाद जी। थैंक यू सर। इस तरह की होर इंपोर्टेंट जानकारी लैके आते रहेंगे, तुसी देखते रहो द डाक।